ਵੀ ਜਿਹੜਾ ਸਭ ਤੋਂ ਉੱਪਰਲਾ ਟਰੰਪ ਦਾ ਅਪਾਰਟਮੈਂਟ ਹੋਣਾ, ਸਭ ਤੋਂ ਉੱਪਰਲਾ ਪੈਂਟ ਹਾਊਸ ਹੈ ਨਾ, ਕਿੰਨੇ ਦਾ ਜੀ? 34 million US ਡਾਲਰਸ। ਹੁਣ ਤੁਸੀਂ ਆਪੇ ਰੁਪਈਏ ਜਾਂ ਕੈਨੇਡੀਅਨ ਕਨਵਰਟ ਕਰੀ ਆਇਓ। ਫੁੱਲ ਸਟੋਰੀ ਬਿਲਡਿੰਗ, ਵਾਓ ਲੁੱਕ, ਮਤਲਬ 3 ਹਾਈਵੇ 3 ਫੁੱਟ। ਜੇ ਤੁਸੀਂ ਆਹ ਦੇਖੋ ਜੀ, ਇਸ ਵੇਲੇ ਨੰਬਰ 1 ਹਾਈਵੇ, ਨੰਬਰ 2 ਹਾਈਵੇ ਐਂਡ ਨੰਬਰ 3 ਹਾਈਵੇ। ਇਹ ਸ਼ਿਕਾਗੋ ਆ ਕੇ ਟ੍ਰਿਪਲ ਸਟੋਰੀਜ਼ 'ਤੇ ਆ, ਬਹੁਤ ਸੋਹਣਾ ਡਾਊਨ ਟਾਊਨ ਦੇ ਵਿੱਚ ਦੀ ਇਹ ਫੈਰੀ ਚੱਲਦੀ ਪਈ ਆ। ਇੱਥੇ ਤਾਂ ਇਹ ਵੀ ਨਹੀਂ ਪਤਾ ਲੱਗਦਾ ਵੀ ਜਿਹੜਾ ਸਾਰਨ ਵੱਜ ਰਿਹਾ ਵੀ ਇਹ ਕਿੰਨੀ ਫਲੋਰ ਵਾਲੇ ਹਾਈਵੇ ਦਾ ਵੱਜ ਰਿਹਾ ਨਾ। ਪੰਜਾਬੀ ਕਮਿਊਨਿਟੀ ਬਹੁਤ ਵਾਈਬ੍ਰੈਂਟ ਹੈਗੀ ਸ਼ਿਕਾਗੋ 'ਚ। ਯੂ ਕੈਨ ਸੀ ਪੰਜਾਬੀ ਡਾਕਟਰਸ, ਬਿਜ਼ਨਸਮੈਨ ਐਂਡ ਬਿਗ ਬਿਜ਼ਨਸਮੈਨ, ਸਮਾਲ ਬਿਜ਼ਨਸਮੈਨ, ਟਰੱਕ ਡਰਾਈਵਰ, ਟੈਕਸੀ ਡਰਾਈਵਰ, ਲੋਕ ਰੀਅਲ ਇਸਟੇਟ 'ਚ ਹੈਗੇ, ਆਪਣਾ ਗੈਸ ਸਟੇਸ਼ਨ, ਰੀਟੇਲ, 7-Eleven। ਸੋ ਬਹੁਤ ਵਾਈਬ੍ਰੈਂਟ ਕਮਿਊਨਿਟੀ ਹੈ। ਸੋ ਤੁਹਾਨੂੰ ਆਪਣੇ ਪੰਜਾਬੀ ਕਿਤੇ ਨਾ ਕਿਤੇ ਮਿਲ ਜਾਣੇ, 5-7 ਕਿਲੋਮੀਟਰ 'ਤੇ ਕਿਤੇ ਨਾ ਕਿਤੇ ਮਿਲ ਜਾਣਾ। ਸਤਿ ਸ਼੍ਰੀ ਅਕਾਲ ਜੀ, ਅੱਜ ਸਾਡਾ 11ਵਾਂ ਦਿਨ ਹੋ ਗਿਆ USA ਦੇ ਵਿੱਚ। ਤਾਂ ਇੰਡੀਅਨਐਪਲਿਸ ਸੀਗੇ, ਸਿਨਸਿਨੈਟੀ ਸੀਗੇ ਕੱਲ੍ਹ ਦਾ ਦਿਨ। ਬਹੁਤ ਪਿਆਰ ਮਿਲਿਆ, ਬਹੁਤ ਕੁਛ ਨਵਾਂ ਸਿੱਖਣ ਲਈ ਮਿਲਿਆ, ਕਮਿਊਨਿਟੀ ਦੇ ਬਾਰੇ ਪਤਾ ਲੱਗਾ। ਹੁਣ ਅੱਜ ਅਸੀਂ ਤੁਰ ਪਏ ਹਾਂ, ਲਓ ਜੀ ਦੇਖੋ, ਸ਼ਿਕਾਗੋ ਨੂੰ। ਸੋ ਸ਼ਿਕਾਗੋ ਇੱਥੋਂ 3 ਘੰਟੇ ਦਾ ਰਾਹ ਹੈ ਜੀ। GPS ਦੱਸ ਰਿਹਾ ਸੀ 3 ਘੰਟੇ 19 ਮਿੰਟ ਲਾ ਰਿਹਾ ਸੀ। ਤਾਂ ਸ਼ਿਕਾਗੋ ਜਾ ਕੇ ਤੁਹਾਨੂੰ 1-2 ਚੀਜ਼ਾਂ ਦਿਖਾਵਾਂਗੇ, ਅਤੇ ਉਸ ਤੋਂ ਬਾਅਦ ਫਿਰ ਅਸੀਂ ਨਿਕਲ ਜਾਣਾ ਆ। ਸਿੱਧਾ ਹੀ ਪਲੈਨ ਇਹ ਹੈਗਾ ਵੀ ਇੱਥੋਂ ਮਿਨੀਐਪਲਿਸ ਰਾਤ ਰਹੀਏ, ਤਾਂ ਇੱਥੋਂ ਸਿੱਧਾ ਵਿਨੀਪੈਗ ਨੂੰ ਥੋੜ੍ਹਾ ਜਿਹਾ ਸ਼ੋਰਟਕੱਟ ਕਰ ਲਿਆ, ਕਿਉਂਕਿ ਜਿੱਦਾਂ ਅਸੀਂ ਕੈਲਕੂਲੇਸ਼ਨਸ ਕੀਤੀ ਸੀਗੀ ਅਤੇ ਇੱਥੇ 9 ਦਿਨ ਲੱਗਣਗੇ ਇੱਥੇ, ਪਰ ਸਾਡੇ ਉਸ ਤੋਂ ਕੁਛ ਕੁ ਦਿਨ ਐਕਸਟਰਾ ਇਸ ਕਰਕੇ ਲੱਗ ਗਏ ਵੀ ਜਿੱਥੇ ਜਾਂਦੇ ਸੀ ਉੱਥੇ ਪਿਆਰ ਬਹੁਤ ਮਿਲਿਆ, ਤਾਂ ਉੱਥੇ ਫਿਰ 1-2 ਦਿਨ ਅਸੀਂ ਐਕਸਟਰਾ ਰੁਕ ਗਏ। ਸੋ ਹੁਣ ਅਸੀਂ ਇੱਥੋਂ ਸਿੱਧਾ ਹੀ ਆਪਾਂ ਟੋਰਾਂਟੋ ਜਾਣਾ ਸੀ, ਬਟ ਟੋਰਾਂਟੋ ਦਾ ਪਾਰਟ ਕੱਢ ਦਿੱਤਾ ਕਿਉਂਕਿ ਟੋਰਾਂਟੋ ਤੋਂ ਸਾਲ 'ਚ ਅਸੀਂ ਕਈ ਵਾਰ ਜਾਈਦੇ ਆ। ਸਾਨੂੰ ਇਹ ਸੀ ਵੀ ਸਿੱਧਾ ਵਿਨੀਪੈਗ ਜਾ ਜਾਵੇ, ਉੱਥੇ ਬਹੁਤ ਆਪਣੇ ਪਰਿਵਾਰ ਮਿਲਣਾ ਚਾਹੁੰਦੇ ਆ। ਵਿਨੀਪੈਗ ਪਿਛਲੇ ਮੇਰੇ ਖਿਆਲ ਤੋਂ 2 ਸਾਲਾਂ 'ਚ ਗਏ ਨੇਗੇ। ਸੋ ਇੱਥੋਂ ਜਾਣ ਲਈ ਜਿਹੜਾ ਵਿਨੀਪੈਗ ਵਾ ਆਪਾਂ ਨੂੰ 16 ਘੰਟੇ ਦੀ ਡਰਾਈਵ ਆ। ਸੋ ਰਾਹ ਦੇ ਵਿੱਚ ਸਾਡੇ ਕੋਲ ਟਾਈਮ ਵੀ ਹੈਗਾ ਆ, ਤਾਂ ਅਸੀਂ ਸ਼ਿਕਾਗੋ ਦੇਖ ਕੇ ਤਾਂ ਦਿਖਾ ਕੇ ਤਾਂ ਫਿਰ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਵੀ ਉੱਥੇ 4 ਘੰਟੇ ਦੂਰ, ਮੇਰੇ ਖਿਆਲ 4-5 ਘੰਟੇ ਦੂਰ ਹੋਵੇਗਾ ਮਿਨੀਐਪਲਿਸ, ਤਾਂ ਉਸ ਏਰੀਏ ਦੇ ਵਿੱਚ ਰਾਤ ਰਹਾਂਗੇ, ਤਾਂ ਫਿਰ ਕੱਲ੍ਹ ਨੂੰ ਵਿਨੀਪੈਗ ਪਹੁੰਚ ਜਾਵਾਂਗੇ। ਤਾਂ ਆਉਣ ਵਾਲੇ ਕੁਛ ਕੁ ਦਿਨ ਜਿਹੜੇ ਆ ਵਿਨੀਪੈਗ, ਕੈਲਗਰੀ ਐਂਡ ਐਡਮਿੰਟਨ ਏਰੀਆ ਦੇ ਵਿੱਚ ਨਿਕਲ ਕੇ ਜਾਵਾਂਗੇ। ਹੋਰ ਜੋਗਰਾਜ ਜੀ, ਸੋ ਫਾਰ ਦੱਸੋ ਜੀ, ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਇੱਥੇ ਇੰਨੀਆਂ ਫੈਮਿਲੀਆਂ ਨੂੰ ਮਿਲ ਕੇ? ਇੰਡੀਅਨਐਪਲਿਸ ਮੈਂ ਬਹੁਤਾ ਜਾਣਦਾ ਨਹੀਂ ਸੀ ਇਹਦੇ ਬਾਰੇ, ਪਹਿਲਾਂ ਨਾਮ ਹੀ ਸਹੀ ਤਰੀਕੇ ਨਾਲ ਨਹੀਂ ਸੀ ਲੈਣਾ ਹੁੰਦਾ, ਅਜੇ ਵੀ ਕਈ ਵਾਰੀ ਬੰਦੇ ਦੀ ਵਾਲ ਜਿਹੜੀ ਆ ਜ਼ੁਬਾਨ ਖਾ ਜਾਂਦੀ ਆ। ਪਰ ਇੱਥੇ ਆ ਕੇ ਜੋ ਕੁੱਲ ਮਿਲਾ ਕੇ ਮਾਹੌਲ ਦੇਖਿਆ ਸਾਰਾ, ਅਤੇ ਜਿਸ ਤਰੀਕੇ ਨਾਲ ਟਾਊਨ ਦੇਖਿਆ, ਜਿਸ ਤਰੀਕੇ ਨਾਲ ਇੱਥੋਂ ਦੇ ਆਪਣਾ ਭਾਈਚਾਰਾ ਦੇਖਿਆ, ਮਤਲਬ ਐਨ ਫੀਲਿੰਗ ਆਈ ਵੀ ਤੁਸੀਂ ਸਹੂਲਤਾਂ ਅਮਰੀਕਾ ਵਾਲੀਆਂ ਮਾਣਦੇ ਹੋ, ਜਿੱਦਾਂ ਵੱਡੇ ਸ਼ਹਿਰ ਦੇ ਕੋਲ ਰਹਿ ਕੇ ਇੱਕ ਸ਼ਹਿਰ ਵਾਲੀ ਜਿਹੜੀ ਆ ਉਹ ਤੁਸੀਂ ਸਹੂਲਤ ਲੈ ਲੈਂਦੇ ਅਤੇ ਪਿੰਡਾਂ ਵਾਲੀ ਮੌਜ ਮਾਣਦੇ ਹੋ ਨਾ, ਉਹ ਫੀਲਿੰਗ ਆਈ ਇੱਥੇ ਆ ਕੇ ਵੀ ਐਨ ਆਪਸੀ ਭਾਈਚਾਰੇ ਨੂੰ ਬਹੁਤ ਖੁਸ਼ ਹੋਏ। ਉਹਦੀ ਸ਼ਾਇਦ ਕਾਰਨ ਆ ਵੀ ਅਜੇ 1st-2nd ਜਨਰੇਸ਼ਨ ਆ, ਜਿਹਦੇ ਕਰਕੇ ਸਾਰੇ ਇੱਕ ਦੂਜੇ ਦੀ ਲੋੜ ਪੈਂਦੀ ਆ, ਘੁਲ ਮਿਲ ਕੇ ਰਹਿੰਦੇ ਨੇ, ਇਕੱਠੇ ਕੰਮ ਕਾਰ ਕਰਦੇ ਨੇ, ਅਤੇ ਫਿਰ ਪੋਟੈਂਸ਼ੀਅਲ ਮਤਲਬ ਸਕੋਪ ਜਦੋਂ ਅਸੀਂ ਦੇਖਿਆ ਨਾ, ਉਹ ਮਤਲਬ ਲਾਜਵਾਬ, ਇੰਨਾ ਕੁ ਜ਼ਿਆਦਾ ਸਕੋਪ ਆ ਕੰਮਾਂ ਕਾਰਾਂ ਦੇ ਵਿੱਚ। ਮਿਨੀਮਮ ਵੇਜ ਇੱਥੋਂ ਦੇ ਦੱਸਦੇ ਸੀਗੇ $7.5 ਕਿ $7.60 ਸ਼ਾਇਦ, ਪਰ $20 ਤੋਂ ਘੱਟ ਕਹਿੰਦੇ ਕੋਈ ਬੰਦਾ ਕੰਮ ਨਹੀਂ ਕਰਦਾ। ਤੁਸੀਂ ਦੇਖੋ ਮਿਨੀਮਮ ਵੇਜ ਤੋਂ 3 ਗੁਣਾ ਕੀਮਤ ਦੇ ਜਾ ਕੇ ਬੰਦੇ ਕੰਮ ਕਰ ਰਹੇ ਆ, ਉਹਦਾ ਇੱਕ ਰੀਜ਼ਨ ਆ, ਕਾਰਨ ਆ। ਫਿਰ ਇੰਨੇ ਸਸਤੇ ਘਰ, ਸਸਤੇ ਮਤਲਬ ਜੇ ਕਿਸੇ ਬੰਦੇ ਨੇ $1,00,000 ਦਾ ਘਰ ਖਰੀਦਣਾ, ਉਹ ਆਪਣਾ $1,00,000 ਦਾ ਘਰ ਖਰੀਦ ਕੇ ਇੱਥੇ ਰਹਿ ਸਕਦਾ, ਉਹ ਇੱਥੋਂ ਆਪਣੇ ਉਸ ਲੈਵਲ ਦਾ ਅਪਾਰਟਮੈਂਟ ਲੈ ਕੇ ਰਹਿ ਸਕਦਾ।
ਹਰ ਇੱਕ ਚੀਜ਼ ਤੁਹਾਡੀ ਐਨ ਪਕੜ 'ਚ ਪਹੁੰਚ ਵਿੱਚ ਫਿਰ ਪੋਟੈਂਸ਼ੀਅਲ ਬਹੁਤ ਜ਼ਿਆਦਾ। ਕਈ ਕੰਮਕਾਰ ਐਸੇ ਨੇ ਜਿਹੜੇ ਅਸੀਂ ਜਿੱਥੇ ਸੰਘਣੀ ਵਾਦੀ ਦੇ ਵਿੱਚ ਰਹਿੰਦੇ ਹਾਂ ਉੱਥੇ ਉਹ ਕਰਦੇ ਪਏ ਹਾਂ, ਇੱਥੇ ਉਹਨਾਂ ਕੰਮਾਂ ਦੀ ਅਜੇ ਲੋੜ ਆ, ਬਹੁਤ ਜ਼ਿਆਦਾ ਲੋੜ ਆ ਉਹਨਾਂ ਦੇ ਵਿੱਚੋਂ। ਮਠਿਆਈ ਦੀਆਂ ਦੁਕਾਨਾਂ, ਉਹਨਾਂ ਦੇ ਵਿੱਚੋਂ ਕੱਪੜੇ ਦੀਆਂ, ਵਿਆਹ ਦੇ ਨਾਲ ਰਿਲੇਟਡ ਸਮਾਨ, ਖਾਣ ਪੀਣ ਦਾ ਸਮਾਨ, ਇਹਨਾਂ ਨੂੰ ਹਰ ਇੱਕ ਕੰਮਾਂ ਵਾਸਤੇ ਲਾਗੇ ਬੰਨੇ ਸ਼ਿਕਾਗੋ ਜਾਂ ਟੋਰੋਂਟੋ ਤੱਕ ਜਾਣਾ ਪੈਂਦਾ ਕਈ ਵਾਰੀ। ਅਜੇ ਟਾਊਨ ਦੇ ਵਿੱਚ ਇੰਨਾ ਪੋਟੈਂਸ਼ੀਅਲ ਆ, ਬਲਕਿ ਆਪਣਾ ਭਾਈਚਾਰਾ ਜਿਹੜਾ ਆ ਉਹ ਤਕਰੀਬਨ 35-40 ਦੇ ਹਜ਼ਾਰ ਦੇ ਕਰੀਬ ਆਪਣਾ ਹੈਗਾ। ਸੋ ਹੋਰ ਵੀ ਬਹੁਤ ਸਾਰੇ ਕਿੱਤੇ ਨੇ ਜਿਹਨਾਂ ਦੇ ਵਿੱਚ ਕੰਮਾਂਕਾਰਾਂ ਦੀ ਜਿਹੜੀ ਇੱਥੇ ਲੋੜ ਆ। ਇੱਕ ਜਿਹੜਾ ਤੁਸੀਂ ਆਪਾਂ ਹੁਣ ਪ੍ਰੋਪਰ ਇੱਕ ਪ੍ਰੋਗਰਾਮ ਰਿਕਾਰਡ ਕੀਤਾ ਇਸ ਸ਼ਹਿਰ ਦੇ ਬਾਰੇ, ਬਿਲਕੁਲ ਉਹ ਸੀ ਯੂਟਿਊਬ ਡਿਟੇਲਸ ਦੇ ਵਿੱਚ, ਟੀਵੀ ਤੇ ਤਾਂ ਯੂਟਿਊਬ ਤੇ ਵੀ ਹੋਵੇਗਾ ਔਰ ਡਿਟੇਲਸ ਦੇ ਵਿੱਚ ਉਹਨਾਂ ਜਾਣਕਾਰੀ ਮਿਲ ਜਾਊਗੀ। ਐਨ ਵਧੀਆ। ਬਾਕੀ ਕੁਛ ਨਹੀਂ ਦੀਪਾ ਜੀ, ਕਿੱਦਾਂ ਕਿਵੇਂ ਲੱਗ ਰਿਹਾ ਤੁਹਾਨੂੰ, ਕਿਵੇਂ ਲੱਗਾ ਜੀ ਆ ਕੇ? ਬਹੁਤ ਹੀ ਵਧੀਆ ਸ਼ਹਿਰ, ਮੈਨੂੰ ਨਾ ਲੈਣਾ ਅੱਜ ਤੱਕ ਨਹੀਂ ਆਇਆ, ਇਸ ਲਈ ਮੈਂ ਲੈਣਾ ਨਹੀਂ। ਇੰਡੀਅਨਐਪਲਿਸ ਬਟ ਸਟੇਟ ਬਹੁਤ ਵਧੀਆ, ਸਟੇਟ ਬਹੁਤ ਹੀ ਵਧੀਆ। ਕੱਲ੍ਹ ਜਿਹੜਾ ਮੇਲਾ ਵੇਖਿਆ ਮੈਨੂੰ ਇੱਕ ਵਾਰ ਤਾਂ ਐਂ ਲੱਗਿਆ ਜਿਵੇਂ ਅਸੀਂ ਪੰਜਾਬ 'ਚ ਹੀ ਪਹੁੰਚ ਗਏ ਹਾਂ। ਉੱਦਾਂ ਹੀ ਆਪਣੀਆਂ ਖੇਡਾਂ, ਕਬੱਡੀ ਖੇਡੀ ਜਾ ਰਹੀ ਹੈ ਔਰ ਮੁੰਡੇ ਹੀ ਨਹੀਂ ਕੁੜੀਆਂ ਦੀ ਕਬੱਡੀ ਦੀ ਗੇਮ ਵੀ ਸੀਗੀ। ਸੋ ਬਹੁਤ ਹੀ ਵਧੀਆ, ਵਾਲੀਬਾਲ ਦੇ ਮੈਚ ਵੇਖੇ, ਫੁੱਟਬਾਲ ਦੇ ਮੈਚ ਵੇਖੇ ਅਸੀਂ ਉੱਥੇ। ਅਤੇ ਖਾਣ ਪੀਣ ਨੂੰ ਇੰਨਾ ਅੱਛਾ ਉਹਨਾਂ ਨੇ ਖਾਣਾ, ਬੱਚਿਆਂ ਦੇ ਲਈ ਖਾਸ ਪੀਜ਼ਾਜ਼ ਆਏ ਹੋਏ, ਜਿਵੇਂ ਬੱਚੇ ਬਹੁਤ ਸੀ ਉੱਥੇ, ਤਾਂ ਬੱਚਿਆਂ ਨੂੰ ਵੀ ਕਮਿਊਨਿਟੀ ਨਾਲ ਜੋੜਨ ਲਈ ਬਹੁਤ ਵਧੀਆ ਇਨੀਸ਼ੀਏਟਿਵ ਕੀਤੇ ਹੋਏ ਸੀ ਲੋਕਲ ਉਹਨਾਂ ਦੇ ਕਲਚਰਲ ਸੋਸਾਇਟੀ ਵਾਲਿਆਂ ਨੇ। ਸੋ ਬੜਾ ਵਧੀਆ ਭਾਅ ਜੀ, ਆਈ ਥਿੰਕ ਬਹੁਤ ਸੋਹਣੇ, ਪਤਾ ਨਹੀਂ ਲੱਗਿਆ ਟਾਈਮ ਕਿੱਦਾਂ ਉੱਡ ਗਿਆ। ਅਤੇ ਇੱਕ ਸਾਨੂੰ ਸੜਕ 'ਤੇ ਤਾਂ ਐਵੇਂ ਲੱਗਦਾ ਘਰ ਥੋੜ੍ਹਾ ਔਖਾ ਜਿਹਾ ਲੱਗਣ ਲੱਗ ਜਾਂਦਾ ਕਿ ਚੱਲੀਏ ਸੜਕ 'ਤੇ ਚੱਲੀਏ। ਇੱਕ ਜਿਵੇਂ ਆਦਤ ਹੋ ਗਈ ਪਿਛਲੇ 11 ਦਿਨਾਂ ਤੋਂ ਅਸੀਂ ਸਫ਼ਰ ਕਰ ਰਹੇ ਹਾਂ ਔਰ ਬਹੁਤ ਮਜ਼ਾ, ਮਤਲਬ ਇਸ ਤਰ੍ਹਾਂ ਕਦੀ ਸੋਚਿਆ ਨਹੀਂ ਸੀ ਕਿ ਇੱਦਾਂ ਵੀ ਅਮੈਰੀਕਾ ਦੇਖਿਆ ਜਾ ਸਕਦਾ ਜਿੱਦਾਂ ਆਪਾਂ ਦੇਖ ਰਹੇ ਹਾਂ। ਸੋ ਬਹੁਤ ਮਜ਼ਾ ਆ ਰਿਹਾ, ਹੁਣ ਹੋਰ ਐਕਸਾਈਟਿਡ। ਆਈ ਥਿੰਕ ਵਨ ਆਫ ਦਾ ਬੈਸਟ ਸਿਟੀਜ਼ ਇਨ ਦਾ ਵਰਲਡ ਸ਼ਿਕਾਗੋ ਚੱਲੇ ਹਾਂ। ਸੋ ਸ਼ਿਕਾਗੋ 'ਚ ਜਾ ਕੇ ਦੇਖਦੇ ਹਾਂ ਹੁਣ ਸ਼ਿਕਾਗੋ ਕਿਵੇਂ ਟ੍ਰੀਟ ਕਰਦਾ, ਸ਼ਿਕਾਗੋ ਕੀ ਕੀ ਦੇਖਦੇ ਹਾਂ ਅਸੀਂ। ਸੋ ਰੀਅਲੀ ਰੀਅਲੀ ਹੈਪੀ ਟੂ ਬੀ ਪਾਰਟ ਆਫ ਦਿਸ ਟ੍ਰਿਪ। ਲਓ ਜੀ, ਆਪਾਂ ਡੇਢ ਕੁ ਘੰਟਾ ਚਲਾ ਕੇ ਆਪਾਂ ਇੱਥੇ ਖੜ੍ਹੇ ਸੀਗੇ ਵੀ ਲੰਚ ਲੁੰਚ ਅਸੀਂ ਕਿਹਾ ਮਾੜੀ ਮੋਟੀ ਕੌਫੀ ਵਗੈਰਾ ਪੀ ਲਈਏ, ਕਿਉਂਕਿ ਸ਼ਿਕਾਗੋ ਦੇ ਅੱਧ 'ਚ ਆ ਗਏ ਹਾਂ। ਸ਼ਿਕਾਗੋ ਕਿੰਨੀ ਦੂਰ ਹੈ ਜੀ ਇੱਥੋਂ? ਮੇਰੇ ਖਿਆਲ ਡੇਢ ਕੁ ਘੰਟਾ ਲੱਗੂ, ਡੇਢ ਪੌਣੇ ਦੋ ਘੰਟਾ ਹੀ ਦੂਰ ਹੋਣਾ ਆਪਣੇ ਤੋਂ। ਹਾਂਜੀ, ਅਸੀਂ ਕੋਲ ਡਾਊਨ ਟਾਊਨ ਦੇ ਵਿੱਚ ਜਾਣਾ। ਅੱਛਾ ਜੀ। ਅਤੇ ਉਹਦੇ ਕਰਕੇ ਅਸੀਂ ਜਿਹੜੀ ਜਗ੍ਹਾ 'ਤੇ ਜਾਣਾ ਆ, ਪੀਅਰ ਨੇਵੀ ਪੀਅਰ ਹੋਗੇ ਸਾਨੂੰ ਇਹ ਸੀ ਵੀ ਇੱਥੇ ਖੜ ਕੇ ਆਪਣਾ ਕਿਹੜਾ ਜਗ੍ਹਾ ਦਾ ਨਾਮ ਕੀ ਹੈ ਜਿੱਥੇ ਆਪਾਂ ਖੜੇ ਹਾਂ? ਐਲ ਤੋਂ 172 ਐਲ ਤੋਂ ਸ਼ੁਰੂ ਹੁੰਦਾ ਕੋ ਪਿੰਡ ਜਿਹਾ ਹੈ ਨਾ ਆਪਣਾ, 65 ਨੰਬਰ ਹਾਈਵੇ ਲੈ ਕੇ ਆਈਦਾ ਆ ਲਫਾਇਟ ਆ ਗਿਆ ਜੀ। ਹਾਂ ਲਫਾਇਟ ਤੇ 172 ਨੰਬਰ ਐਗਜ਼ਿਟ ਹੈ ਤੇ ਮੇਅਰ ਦੇ ਜਿਹੜੇ ਬਹੁਤ ਘੈਂਟ ਵਧੀਆ ਸਟੋਰਸ ਨੇ, ਕਾਫੀ ਬਜਟਫੁਲ ਸ਼ਾਪਿੰਗ ਇੱਥੋਂ ਹੋ ਜਾਂਦੀ ਹੈ ਜੀ। ਇਹ ਵਧੀਆ, ਇਹ ਐਕਚੁਅਲੀ ਅਸੀਂ ਕੀਤਾ, ਸਾਨੂੰ ਬਹੁਤ ਵਧੀਆ ਲੱਗਾ ਜੀ, ਬਹੁਤ ਜ਼ਿਆਦਾ ਵਧੀਆ। ਵੀ ਬਹੁਤ ਵੱਡੇ ਨੇ, ਗਰੋਸਰੀ ਲੈ ਕੇ ਕੱਪੜੇ ਤੋਂ ਲੈ ਕੇ ਹਰ ਚੀਜ਼ ਇੱਥੇ ਮਿਲ ਜਾਂਦੀ ਹੈ। ਤਾਂ ਹੁਣ ਅੰਦਰ ਜਾ ਕੇ ਕੁਇਕਲੀ ਕੁਛ ਖਾਂਦੇ ਹਾਂ ਆਪਾਂ, ਉਨੀ ਚਿਰ 'ਚ ਆਪਣੀ ਗੱਡੀ ਚਾਰਜ ਬਿਲਕੁਲ ਹੋਵੇਗਾ ਜੀ। ਚਲੋ ਚਲੋ, ਲਓ ਜੀ, ਅਸੀਂ ਇੱਥੇ ਕਾਰ ਚਾਰਜਿੰਗ ਹੋ ਰਹੀ ਸੀ ਤਾਂ ਅਸੀਂ ਆ ਕੇ ਇੱਕ ਆ ਗਏ ਰੈਸਟੋਰੈਂਟ ਦਾ ਨਾਮ ਹੈਗਾ ਸਟੇਕ ਐਂਡ ਸ਼ੇਕ। ਸੋ ਇੱਥੇ ਆ ਕੇ ਹੁਣੇ ਅਸੀਂ ਫਾਈਂਡ ਆਊਟ ਕੀਤਾ ਵੀ ਇਹਨਾਂ ਕੋਲ ਚਿਕਨ ਹੈ ਹੀ ਨਹੀਂ, ਸਿਰਫ ਬੀਫ ਹੀ ਆ। ਮੈਂ ਤੁਹਾਨੂੰ ਦੱਸਦਾ ਸੀ ਨਾ ਵੀ ਇੱਥੇ USA ਦੇ ਵਿੱਚ ਆਮ ਇੱਦਾਂ ਹੁੰਦਾ ਸੀ, ਚਿਕਨ ਮਿਲਦਾ ਹੀ ਨਹੀਂ ਸੀਗਾ। ਦੇਖੋ ਨੀ, ਵੈਜੀ ਮਿਲਕ ਸ਼ੇਕ ਹੈਗੇ 620 ਕੈਲੋਰੀ ਦੇ ਨਾਲ, ਖਾਣ ਦੀ ਕੋਈ ਲੋੜ ਹੀ ਨਹੀਂ। ਨਹੀਂ, ਇਹ ਐਕਚੁਅਲੀ ਕੰਪਲੀਟ ਮੀਲ ਨੇ ਜੀ ਇਹ। ਲਓ ਨਾ, ਆਰਡਰ ਕਰੋ ਨਾ ਭਾਜੀ। ਕਿਹੜਾ ਖਾਣਾ ਵੀ ਦੱਸੋ ਜੀ? ਯੁਵਰਾਜ ਸਿੰਘ, ਯੁਵਰਾਜ ਦੱਸੋ। ਚੋਕਲੇਟ ਜਾਂ ਸਟ੍ਰੋਬੇਰੀ? ਵਨੀਲਾ ਲੈਣਾ। ਵਨੀਲਾ, ਵਨੀਲਾ ਮਿਲਕ ਸ਼ੇਕ। ਇਹਦੇ 'ਚ ਚੈਰੀ ਪਾਉਣੀ ਹੈ ਕਿ ਵਿਪ ਕਰੀਮ? ਬਨਾਨਾ ਲੈਣਾ। ਬਨਾਨਾ, ਨੋ ਚੈਰੀ? ਚੈਰੀ ਯੈਸ, ਨੋ ਨੋ ਚੈਰੀ ਤਾਂ ਆ ਜਾਣੀ, ਐਕਸਟਰਾ ਚੈਰੀ ਪਾਉਣੀ ਆ? ਪਾ ਲਓ ਭਾਜੀ, ਪਾਓ ਨਾ। ਨੋ ਚੈਰੀ ਹੋ ਗਿਆ, ਐਕਸਟਰਾ ਚੈਰੀ ਪਾਈ ਤੁਸੀਂ। ਓਕੇ, ਐਂਡ ਮੈਂ ਭਾਜੀ ਇੰਨੀਆਂ ਨਹੀਂ ਖਾਣੀਆਂ ਕਲੋਰੀਆਂ, ਇੰਨੇ ਖਵਾਓ। ਹੁਣ ਤੁਸੀਂ ਕਰਦੇ ਹਾਂ ਬਰਗਰ, ਠੀਕ ਹੈ? ਮੀਲ ਅੰਡਰ 4, ਮੀਲ ਅੰਡਰ 4 ਓਰੀਜਨਲ ਡਬਲ ਸਟੇਕ ਵਿਦ ਚੀਜ਼ 399 ਦਾ ਇੱਕ ਕਰ ਦਿਓ ਭਾਜੀ, ਕਰ ਦਿਓ ਭਾਜੀ। ਗਾਰਲਿਕ ਸਿੰਗਲ ਸਟੇਕ ਭਾਜੀ, ਹੁਣ ਜੇ ਆਇਓ ਨਾ, ਆਇਓ ਜਾਂ ਹੁਣ ਭਾਜੀ ਦੱਸੋ ਜੀ, ਹੁਣ ਕਰ ਲਓ। ਓਕੇ ਭਾਜੀ, ਇਹਦੇ ਨਾਲ ਅਮਰੀਕਨ ਚੀਜ਼ ਦੇਣਾ? ਲਿਆ ਲਓ, ਦੇ ਦਿਓ ਜੀ। ਓਕੇ, ਇਹਦੇ ਨਾਲ ਪਿਕਲ ਲੈਣਾ? ਹਾਂਜੀ ਭਾਜੀ, ਕਰ ਦਿਓ ਜੀ। ਅਨੀਅਨ ਲੈਣਾ? ਲਓ ਜੀ, ਲਓ। ਕੈਚਅਪ ਪਾ ਲਓ ਜੀ, ਆਪਸ਼ਨਲ ਟੌਪਿੰਗ ਵਿਦ ਟੋਮੇਟੋ ਲੈਟਸ। ਟੋਮੇਟੋ ਵੀ ਹੁਣ ਪਾਓ ਨਾ, ਟੋਮੇਟੋ ਵੀ ਲਓ ਜੀ। ਲੈਟਸ ਵੀ, ਮੇਅਨੀਜ਼ ਵੀ? ਹਾਂਜੀ, ਪਨੀਰ ਮਾਸਟਰ ਦਾ ਰਹਿਣ ਦਿਓ, ਕੋਈ ਚੀਜ਼ ਤਾਂ ਛੱਡੀਏ। ਬੇਕਨ, ਗ੍ਰਿਲ ਓਨੀਅਨ ਪਾਓ ਜੀ। ਗ੍ਰਿਲ ਓਨੀਅਨ, ਹਾਂਜੀ।
That's it, Vijay. Bas on the steak patty, theek hai. Bas. Next. ਨਾਲ ਫਰਾਈਜ਼ ਫਰਾਈਜ਼ ਮੀਡੀਅਮ ਲਾਰਜ ਲੈ ਲੈਣੇ ਲਾਰਜ ਲਾ ਲੈ ਤਾਂ ਚੀਜ਼ ਫਰਾਈਜ਼ ਕਿਹੜੀਆਂ ਸੀਗੀਆਂ ਜਾਇਆ ਵਿੱਚ ਇਹੀ ਲਓ ਵੱਡੀਆਂ ਮੀਡੀਅਮ ਚੀਜ਼ ਫਰਾਈ ਲਾਰਜ ਚੀਜ਼ ਫਰਾਈ ਚੀਜ਼ ਫਰਾਈਜ਼ ਲਾਓ ਚੀਜ਼ ਫਰਾਈਜ਼ ਨਹੀਂ ਇਹ ਤੁਹਾਡੇ ਲਈ ਹੋ ਗਿਆ ਓਕੇ ਸੌਸ ਕਿਹੜੀ ਪੈਣੀ ਬਫਲੋ ਹਨੀ ਮਸਟਰਡ ਰੈਂਚ ਤੁਸੀਂ ਜਿਹੜੀ ਮਰਜ਼ੀ ਬੋਲ ਮੈਨੂੰ ਨਹੀਂ ਹੋ ਜਾਣਾ ਅੱਛਾ ਮੇਰੇ ਤੁਸੀਂ ਬਾਰਬੀਕਿਊ ਸੌਸ ਬਾਰਬੀਕਿਊ ਸੌਸ ਯੈਸ ਠੀਕ ਹੈ ਜੀ ਬਸ ਗੁੱਡ ਨਾਈਟ ਹੈਡ ਟੂ ਬੈਗ ਡੂ ਯੂ ਲਾਈਕ ਅ ਡਰਿੰਕ ਮੈਨੂੰ ਲੈ ਦਿਓ ਕੋਕ ਸੋ ਭਾਅ ਜੀ ਇੱਥੇ ਤੁਸੀਂ ਕੀ ਜਿਹੜੀ ਨੋਟ ਕਰਨ ਵਾਲੀ ਹੈ ਕਿ ਇਹਨਾਂ ਨੇ ਸਿਰਫ ਔਡਰ ਕਰਨ ਦੀ ਕਿਓਸਕ ਲਾਏ ਹੋਏ ਆ ਇਹਨਾਂ 'ਤੇ ਆਓ ਆਪਣਾ ਔਡਰ ਆਪੇ ਕਰੋ ਇਹਨਾਂ ਕੋਲ ਕੋਈ ਵੀ ਸਟਾਫ ਔਡਰ ਲੈਣ ਲਈ ਇਹਨਾਂ ਨੇ ਕੋਈ ਕਾਊਂਟਰ ਨਹੀਂ ਰੱਖਿਆ ਇੱਥੋਂ ਔਡਰ ਆਟੋਮੈਟਿਕਲੀ ਉਹਨਾਂ ਕੋਲ ਗਿਆ ਆ ਮੇਰਾ ਦੇਖੋ ਨਾਮ ਆ ਗਿਆ ਅਤੇ ਇਹ ਰਸੀਦ ਆ ਗਈ ਹੁਣ ਉਹਨਾਂ ਨੇ ਔਡਰ ਬਣਾਉਣਾ ਸ਼ੁਰੂ ਕਰਤਾ ਆਪੇ ਜਦੋਂ ਵੀ ਬਣ ਜਾਏਗਾ ਸਾਡਾ ਨਾਮ ਲੈਣਗੇ ਅਸੀਂ ਜਾ ਕੇ ਪਿੱਕ ਕਰ ਲੈਣਾ ਸੋ ਸਿਰਫ ਸ਼ੈੱਫ ਦੀ ਲੋੜ ਹੈ ਕੋਈ ਸਰਵਰ ਨਹੀਂ ਹੈ ਹੋਟਲ ਰੈਸਟੋਰੈਂਟ ਦੇ ਵਿੱਚ ਕੋਈ ਵੀ ਤੁਹਾਡਾ ਔਡਰ ਲੈਣ ਲਈ ਕੋਈ ਨਹੀਂ ਹੈ ਜੇ ਤੁਸੀਂ ਮਸ਼ੀਨ ਨਾਲ ਕੰਫਰਟੇਬਲ ਹੋ ਆਓ ਔਡਰ ਕਰੋ ਅਤੇ ਖਾਓ ਸੋ ਐਡਵਾਂਸਡ ਅਤੇ ਬਹੁਤ ਹੀ ਹਾਈ ਲੈਵਲ ਸਿਸਟਮ ਹੈ ਭਾਅ ਜੀ ਮਜ਼ਾ ਆਇਆ ਇਹ ਐਕਚੁਲੀ ਵਰਲਡ ਵਾਈਡ 'ਚ ਇਹ ਚੀਜ਼ ਹੁਣ ਲੇਬਰ ਦੀ ਸ਼ੋਰਟੇਜ ਜਾਂ ਲੇਬਰ ਬਹੁਤ ਮਹਿੰਗੀ ਹੁਣ ਕਿਉਂਕਿ ਤੁਸੀਂ ਇਹ ਦੇਖਦੇ ਸੀ ਇਸ ਸਟੇਟ 'ਚ ਜਿੱਥੇ ਆਪਾਂ ਖੜ੍ਹੇ ਹਾਂ ਤਾਂ ਇੱਥੇ $7.5 ਉਹ ਦੱਸਦੇ ਸੀਗੇ ਵੀ $7.5 ਭਾਅ ਜੀ ਮਿਨੀਮਮ ਵੇਜ ਆ ਪਰ ਜੋਬ $20 ਤੇ ਲੋਕੀ ਸਟਾਰਟ ਕਰਦੇ ਸਟਾਰਟ ਕਰਦੇ ਸੋ ਇਹਦਾ ਮਤਲਬ ਕਿੱਦਾਂ ਸਰਵਾਈਵ ਕਰਨਗੇ ਉਹ ਬਿਜ਼ਨਸ ਇੰਨਾ ਇੰਨੀ ਪੇ ਦੇ ਮੈਨੂੰ ਜੋ ਲੱਗ ਰਿਹਾ ਜਿਵੇਂ ਆਪਣਾ ਕੋਵਿਡ ਨੇ ਵਰਕ ਫਰੋਮ ਹੋਮ ਸ਼ੁਰੂ ਕੀਤਾ ਇੱਦਾਂ ਹੀ ਟੈਕਨੋਲੋਜੀ ਟੇਕ ਓਵਰ ਕਰ ਰਹੀ ਹੈ ਹੁਣ ਆਪਾਂ ਆਰਡਰ ਕੀਤਾ ਸਾਨੂੰ ਬਿਲਕੁਲ ਵੀ ਪ੍ਰੋਬਲਮ ਨਹੀਂ ਆਈ ਅਸੀਂ ਪਹਿਲੀ ਵਾਰ ਆਏ ਹਾਂ ਅਸੀਂ ਸਿਰਫ ਪੜੀ ਗਏ ਹਾਂ ਬਟਨ ਦੱਬੀ ਗਏ ਹਾਂ ਕੰਮ ਹੋ ਗਿਆ ਸੋ ਜੇ ਇੰਨਾ ਸੌਖਾ ਹੋ ਜਾਂਦਾ ਲੋੜ ਵੀ ਨਹੀਂ ਹੈ ਹਾਂ ਸੋ ਟੈਕਨੋਲੋਜੀ ਐਕਚੁਅਲੀ ਮੈਨ ਪਾਵਰ ਰਿਪਲੇਸ ਕਰੀ ਜਾ ਰਹੀ ਹੈ ਸੋ ਆਪਣੇ ਲਈ ਪ੍ਰੋਫੈਸ਼ਨਲਸ ਲਈ ਬਹੁਤ ਜ਼ਰੂਰੀ ਹੈ ਕਿ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਦੇ ਰਹੀਏ ਕੋਈ ਪਤਾ ਨਹੀਂ ਅੱਜ ਜਿਹੜੀਆਂ ਜੋਬਾਂ ਸਾਡੇ ਕੋਲ ਆਉਣੀਆਂ ਕੱਲ੍ਹ ਹੋਣ ਨਾ ਬਿਲਕੁਲ ਸੋ ਇਸ ਲਈ ਆਪਣੇ ਆਪ 'ਤੇ ਜ਼ਰੂਰ ਕੰਮ ਕਰੋ ਆਪਣਾ ਇਨਵਾਇਰਮੈਂਟ ਦੇਖਦੇ ਰਹੋ ਕਿੱਧਰ ਵੱਲ ਰੁਝਾਨ ਜਾ ਰਿਹਾ ਟੈਕਨੋਲੋਜੀ ਕਿੱਧਰ ਚੀਜ਼ਾਂ ਨੂੰ ਲੈ ਕੇ ਜਾ ਰਹੀ ਹੈ ਉਹ ਦੇਖੀਏ ਹੁਣ ਗੱਡੀ ਦੇਖ ਲਓ ਭਾਅ ਜੀ ਮੈਨੂੰ ਲੱਗਦਾ ਹੋਰ 2 ਸਾਲਾਂ ਨੂੰ ਡਰਾਈਵਰ ਖਤਮ ਹੋ ਜਾਣੇ ਆ ਇਹ ਗੱਡੀਆਂ ਆਪੇ ਚੱਲੀ ਜਾਂਦੀ ਆ ਆਪੇ ਡਰਾਈਵਿੰਗ ਕਿੱਡਾ ਵੱਡਾ ਹੁਣ ਟੈਕਸੀ ਡਰਾਈਵਰ ਔਰ ਟੈਸਲਾ ਆਲਰੇਡੀ ਜਿੱਥੇ ਸਾਨੂੰ ਪਤਾ ਹੈ ਆਲਰੇਡੀ ਉਹ ਟੈਸਟਿੰਗ ਕਰ ਰਿਹਾ ਸੈਲਫ ਡਰਿਵਨ ਕਾਰ ਜਿਹੜੀਆਂ ਉਹਨਾਂ ਦੀਆਂ ਔਰ ਤੁਸੀਂ ਟੈਕਸੀ ਔਡਰ ਕਰੋਗੇ ਕਾਰ ਘਰ ਦੇ ਬਾਹਰ ਆ ਜਾਂਦੀ ਪਿੱਛੇ ਬਹਿ ਜਾਓ ਆਪੇ ਲੈ ਜਾਂਦੀ ਹੈ ਡਰਾਈਵਰ ਹੈ ਹੀ ਨਹੀਂ ਵਿੱਚ ਯਾਰ ਉਹ ਸਭ ਚੀਜ਼ਾਂ ਚੱਲ ਰਹੀਆਂ ਦੁਨੀਆਂ 'ਚ ਸੋ ਕੀ ਕਹਿੰਦੇ ਚੁਕੰਨੇ ਰਹੋ ਚਾਂਸਿਸ ਹੋਣਾ ਐਕਚੁਲੀ ਮੈਂ ਸਿੰਪਲ ਇਹੀ ਗੱਲ ਆਪਣੇ ਬੰਦੇ ਤਾਂ ਜ਼ਿਆਦਾ ਡਰਾਈਵਿੰਗ 'ਤੇ ਡਿਪੈਂਡ ਕਰਦੇ ਆ ਜੀ ਇਹ ਸੋ ਆਪਾਂ ਨੂੰ ਇੰਨਾ ਵੀ ਇੰਨੇ ਮੈਜੋਰਟੀ ਜਿਹੜੇ ਆ ਆਪਣਾ ਬਿਜ਼ਨਸ ਤੁਸੀਂ ਇਹ ਦੇਖੋ ਟਰੱਕਾਂ ਜਾਂ ਟੈਕਸੀਆਂ 'ਤੇ ਮੋਸਟਲੀ ਮੈਜੋਰਟੀ ਆਪਣੇ ਹੀ ਆ ਸੋ ਜੇ ਆਪਾਂ ਨਾ ਚਤੰਨੇ ਹੋਏ ਹੋਰ ਨਾ ਬਈ ਮਤਲਬ ਬਹੁਤੇ ਲੇਟ ਹੋ ਜਾਵੇ ਅਤੇ ਇਹ ਆਪਾਂ ਨੂੰ ਦੇਖਣਾ ਚਾਹੀਦਾ ਜੇ ਆਪਾਂ ਚਲੋ 2 ਸਾਲ ਨਾਲ ਨਾ ਹੋਊਗਾ 5 ਨੂੰ ਹੋ ਜਾਊਗਾ 10 ਨੂੰ ਹੋ ਜਾਊਗਾ ਹੋਊਗਾ ਮੇਰੇ ਜੋ ਮੈਨੂੰ ਲੱਗਦਾ ਜਿੰਨਾ ਕੁ ਮੈਂ ਸਮਝ ਆ ਮੇਰੀ ਆਉਣ ਵਾਲੇ 2 ਕੁ ਸਾਲਾਂ 'ਚ ਟੈਕਸੀਆਂ ਤੱਕ ਦੇ ਇਹਨਾਂ ਨੇ ਡਰਾਈਵਰ ਉਡਾ ਦੇਣੇ ਆ 5-10 ਨੂੰ ਇਹਨਾਂ ਨੂੰ ਟਰੱਕਾਂ 'ਤੇ ਵੀ ਚੜ੍ਹ ਜਾਣਾ ਸਾਰੇ ਆਲਰੇਡੀ ਐਕਸਪੈਰੀਮੈਂਟ ਚੱਲ ਰਹੇ ਨੇ ਸੈਲਫ ਡਰਾਈਵਿੰਗ ਟਰੱਕ ਕਿਉਂਕਿ ਟੈਕਨੋਲੋਜੀ ਹੈ ਜਦੋਂ ਮਾਸਟਰ ਹੋ ਗਈ ਉਹ ਹੋ ਗਈ ਭਾਅ ਜੀ ਹੁਣ ਵੀ ਤੁਸੀਂ ਦੇਖੋ ਹੁਣ ਆਪਾਂ ਕਿੰਨਾ ਮੇਰੇ ਖਿਆਲ 10,000 ਕਿਲੋਮੀਟਰ ਦੇ ਨੇੜੇ ਆਪਣਾ ਟ੍ਰਿਪ ਆਲਮੋਸਟ ਹੋ ਚੱਲਾ ਜਾਂ ਹੋ ਜਾਊਗਾ ਹੋ ਜਾਊਗਾ ਹਾਂ ਔਰ ਤੁਸੀਂ ਦੇਖ ਲਓ ਆਪਾਂ ਥੋੜ੍ਹੀ ਡਰਾਈਵ ਕਰਕੇ ਆਏ ਹਾਂ ਮਤਲਬ ਇਹ ਤਾਂ ਅਸੀਂ ਪ੍ਰਾਈਮ ਐਗਜ਼ਾਮਪਲ ਹੀ ਅਸੀਂ ਹਾਂ ਸਾਡਾ ਪ੍ਰੈਕਟੀਕਲ ਸਾਡਾ ਟ੍ਰਿਪ ਜਿਹੜਾ ਹੈ ਇਹ ਟੈਕਨੋਲੋਜੀ 'ਤੇ ਹੀ ਹੈ ਇਹ ਜਿਹੜਾ ਕੈਮਰਾ ਜਿਸ 'ਤੇ ਅਸੀਂ ਸ਼ੂਟ ਕਰ ਰਹੇ ਹਾਂ ਜੇ ਵੀ ਤੁਸੀਂ ਦੇਖੋਗੇ ਅਤੇ ਤੁਸੀਂ ਪਹਿਲਾਂ ਤੁਹਾਨੂੰ ਸਮਝ ਨਹੀਂ ਆਉਣੀ ਹੈ ਕੀ ਹੈ ਉਹ ਵੀ ਟੈਕਨੋਲੋਜੀ ਹੈ ਇੰਨੇ ਕੁ ਕੈਮਰਾ ਦੇ ਵਿੱਚ ਦੇਖੋ ਵਲੋਗਸ ਬਣ ਰਹੇ ਆ ਜਿਹੜੇ ਇੰਨੀ ਅੱਛੀ ਕੁਆਲਿਟੀ ਦੇ ਹੈ ਕਿ ਉਹ ਟੀਵੀ 'ਤੇ ਵੀ ਚੱਲ ਰਹੇ ਆ ਔਰ ਸੋਸ਼ਲ ਮੀਡੀਆ 'ਤੇ ਵੀ ਚੱਲ ਰਹੇ ਆ ਸੋ ਮਤਲਬ ਐਡਵਾਂਸ ਇੰਨੀ ਇੰਨਾ ਕੁਛ ਐਡਵਾਂਸ ਹੋ ਆਪਣੇ ਆਪ ਨੂੰ ਅਪਡੇਟ ਰੱਖਣਾ ਅੱਜ ਜ਼ਰੂਰਤ ਬਣ ਗਿਆ ਜ਼ਰੂਰਤ ਬਣ ਗਿਆ ਹੁਣ ਫੂਡ ਆ ਰਿਹਾ ਜੀ ਦੇਖੋ ਹੁਣ ਕਿਸੇ ਨੇ ਜਿੱਦਾਂ ਭਾਈ ਨੇ ਦੱਸਿਆ ਇੱਥੇ ਔਡਰ ਲੈਣ ਦੇ ਐਟਲੀਸਟ 2-3 ਬੰਦੇ ਚਾਹੀਦੇ ਸੀ ਉਹਨੇ ਖਤਮ ਕਰ ਦਿੱਤੀਆਂ ਜੇ ਆਪਾਂ ਪਿੱਛੇ ਅਗਲੇ ਜਿਹੜੇ ਉਹੀ ਜਿਹਨੂੰ ਪੇ ਦੇਣੀ ਆ ਤਾਂ ਤੁਸੀਂ ਉਹੀ ਅਗਲੇ ਕਹਿੰਦੇ ਪਿੱਛੇ ਖੜ੍ਹੇ ਕਰਕੇ ਕੰਮ ਕਰਾਓ ਤੁਸੀਂ ਇੱਕ ਭਾਅ ਜੀ ਹੋਰ ਵੀ ਦੇਖਿਆ ਤੁਸੀਂ ਇਹ ਦੇਖੋ ਵੀ ਅਸੀਂ ਜਿੱਥੇ ਵੀ ਗਏ ਸੀ ਬਹੁਤ ਜਗ੍ਹਾ 'ਤੇ ਸਾਨੂੰ ਡਾਈਨ ਇਨ ਬੰਦ ਮਿਲੇ ਨੇ ਇਸ ਕਰਕੇ ਕਿ ਲੇਬਰ ਨਹੀਂ ਲੱਭਦੀ ਠੀਕ ਹੈ ਨਾ ਜੀ ਲੇਬਰ ਹੈ ਨਹੀਂ ਸੀ ਅਤੇ ਡਾਈਨ ਇਨ ਪਰ ਡਰਾਈਵ ਥਰੂ ਖੁੱਲ੍ਹੇ ਸੀਗੇ ਪਰ ਅੱਜ ਵਾਲਾ ਜਿਹੜਾ ਇਹ ਕਾਫੀ ਪਾਪੂਲਰ ਇੱਥੋਂ ਦਾ ਰੈਸਟੋਰੈਂਟ ਹੈ ਅਤੇ ਇਹਨਾਂ ਨੇ ਹੁਣ ਦੇਖੋ ਜੇ ਇਹਨਾਂ ਦੇਖੋ ਇਹਨਾਂ ਦਾ ਮਿਲਕ ਸ਼ੇਕ ਜਿਹੜਾ ਹੈ ਹੈਜ਼ ਬੀਨ ਵੋਟਡ ਨੰਬਰ 1 ਮਿਲਕ ਸ਼ੇਕ ਸੋ ਇਹ ਕਾਫੀ ਪਾਪੂਲਰ ਜਗ੍ਹਾ ਔਰ ਇਹਨਾਂ ਨੇ ਦੇਖੋ ਟੈਕਨੋਲੋਜੀ ਦੇ ਨਾਲ ਲੇਬਰ ਸਾਰਾ ਹੀ ਕਿਚਨ 2 ਕੁੜੀਆਂ ਹੈਂਡਲ ਕਰ ਰਹੀਆਂ ਇਸ ਵੇਲੇ ਬਿਲਕੁਲ ਸਹੀ ਇੱਕ ਜਿਹੜੀ ਚੀਜ਼ ਹੈ ਜੀ ਇੱਥੇ ਜੇ ਆਪਾਂ ਦੇਖਦੇ ਹਾਂ ਉਹ ਸਾਈਨ ਲੱਗਿਆ ਡਾਈਨਿੰਗ ਰੂਮ ਓਪਨ
ਸੋ ਇਸ ਤੋਂ ਇਹ ਸਿੱਧ ਹੁੰਦਾ ਕਿ ਪਹਿਲਾਂ ਬੰਦ ਹੋਊਗੀ ਮਤਲਬ ਇਹਨਾਂ ਕੋਲ ਲੇਬਰ ਦੀ ਸ਼ੋਰਟੇਜ ਹੋਊਗੀ ਤਾਂ ਇਹ ਨਹੀਂ ਹੱਲ ਇਹ ਕੱਢਿਆ ਕਹਿੰਦੇ ਨੇ ਅੰਗਰੇਜ਼ੀ ਦੇ ਨੈਸੈਸਿਟੀ ਇਜ਼ ਦ ਮਦਰ ਆਫ ਇਨਵੈਂਸ਼ਨ ਸੋ ਉਹ ਹੱਲ ਕੱਢਿਆ ਹੋਣਾ ਮੇਰੇ ਖਿਆਲ ਪਿਆ ਆਹ ਲਓ ਜੀ ਫੂਡ ਆ ਰਿਹਾ ਜੀ ਬਾਕੀ ਆਏ ਤਾਂ ਤੁਹਾਨੂੰ ਬਣਾਉਂਦੇ ਹਾਂ ਖਾਂਦੇ ਹਾਂ ਜੀ ਸਤਿ ਸ਼੍ਰੀ ਅਕਾਲ ਫਿਰ ਅਗੇਨ ਅਸੀਂ ਆ ਰਹੇ ਸੀ ਤਾਂ ਸਾਨੂੰ ਲੱਗਿਆ ਵੀ ਕਿਉਂ ਨਾ ਜਿਹੜਾ ਆਹ ਵਿੰਡ ਮਿਲ ਹੈਗਾ ਇਹਨੂੰ ਪ੍ਰੋਪਰ ਦਿਖਾਇਆ ਜਾਵੇ ਨੇੜੇ ਕਰਕੇ ਦਿਖਾਇਆ ਜਾਵੇ ਐਂਡ ਮੱਕੀ ਨੂੰ ਵੀ ਨੇੜੇ ਕਰਕੇ ਵਿਖਾਇਆ ਜਾਵੇ ਤਾਂ ਅਸੀਂ ਫਿਰ ਕੱਢ ਲਿਆ ਇਹ ਐਗਜ਼ਿਟ ਹੁਣ ਦੇਖਦੇ ਹਾਂ ਵੀ ਜੇ ਸਾਨੂੰ ਨੇੜੇ ਕਿਤੇ ਜਾਣ ਦਿੱਤਾ ਜਾਵੇਗਾ ਹੁਣ ਜਾਵਾਂਗੇ ਤਾਂ ਸਹੀ ਆਹ ਲੱਗ ਜੀ ਵਾਹ ਇੱਕ ਲਾਈਨ 'ਚ ਹੀ ਲੱਗੇ ਹੋਏ ਨਾ ਸਾਰੇ ਹੀ ਸਿਮੈਟਰੀ ਹੈ ਸਿਮੈਟਰੀ ਸਿਮੈਟਰੀ ਦੇਖੋ ਜੀ ਮਤਲਬ ਇੱਦਾਂ ਨਹੀਂ ਵੀ ਜਿੱਥੇ ਥਾਂ ਮਿਲ ਗਿਆ ਲਾ ਤੇ ਬਿਲਕੁਲ ਇੱਕੋ ਹੀ ਲੈਣ ਤੁਸੀਂ ਆਹ ਦੇਖਦੇ ਆ ਵਾਓ ਕਿਆ ਬਾਤ ਆ ਕਿਹੜੇ ਲਓ ਜੀ ਦੋ ਚੀਜ਼ਾਂ ਇੱਥੇ ਦੇਖਣ ਵਾਲੀਆਂ ਆ ਇੱਕ ਤਾਂ ਮੱਕੀ ਇੰਡੀਆ ਵਾਲੀ ਮੱਕੀ ਔਰ ਦੂਸਰਾ ਜਿਹੜਾ ਉਹ ਜਿਹੜਾ ਵਿੰਡ ਮਿਲ ਦੂਰੋਂ ਇੰਨਾ ਛੋਟਾ ਲੱਗਦਾ ਵੀ ਮੈਨੂੰ ਲੱਗਦਾ ਵੀ ਛੋਟਾ ਹੀ ਹੋਣਾ 10-15 ਫੁੱਟ ਦਾ ਪਰ ਅਸੀਂ ਦੇਖਿਆ ਸੀ ਇਹ ਕਿ 170 ਫੁੱਟ ਤੱਕ ਵੀ ਇਹ ਲੰਬੇ ਹੈਗੇ ਆ ਸੋ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹਾਂ ਆਹ ਲਓ ਜੀ ਲਓ ਜੀ ਇਹ ਇਹਦੀ ਇੱਕ ਖੰਭੇ ਦੀ ਜਿਹੜੀ ਇਹਦੀ ਹੈਗੀ ਆ ਜਿਹੜੇ ਵਿੰਗ ਲੱਗੇ ਹੋ ਆ ਇਸ ਇੱਕ ਵਿੰਗ ਦੀ ਲੰਬਾਈ 170 ਫੁੱਟ ਆ ਜਿਹਦਾ ਸਾਰਾ ਹੀ ਆਪਾਂ ਦੇਖੀਏ ਜਿਹੜਾ ਦਾ ਸਰਕਲ ਬਣਦਾ ਹੋਊਗਾ ਘੱਟ ਤੋਂ ਘੱਟ ਵੀ 300 ਫੁੱਟ ਦਾ ਹੋਊਗਾ ਦੂਜੀ ਗੱਲ ਦਿਖਾਉਣੀ ਸੀ ਮੱਕੀ ਅਸੀਂ ਦਿਖਾਲਦੇ ਅਸੀਂ ਤਾਂ ਕਿਹਾ ਸੀ ਤੁਹਾਨੂੰ ਥੱਲੇ ਜਾ ਕੇ ਦਿਖਾ ਲਾਂਗੇ ਪਰ ਹਾਂਜੀ ਆਹ ਦੇਖੋ ਜੀ ਮੱਕੀ ਦੇਖੋ ਜੀ ਛੱਲੀਆਂ ਯੋਗਰਾਜ ਐਨ ਇੰਡੀਆ ਵਾਂਗੂ ਹੀ ਆ ਬਿਲਕੁਲ ਇੰਡੀਆ ਵਰਗੀਆਂ ਛੱਲੀਆਂ ਆ ਦੋ ਇੱਕ ਨੂੰ ਇੱਕ ਡਾਂਡੇ ਨੂੰ ਦੋ ਦੋ ਲੱਗੀਆਂ ਤਾਂ ਮੈਂ ਦੇਖ ਲਈਆਂ ਨਹੀਂ ਦੋ ਆ ਆਹ ਵੀ ਦੇਖੋ ਆਹ ਵੀ ਦੋ ਆ ਸ਼ਾਇਦ ਹੋਰ ਅੰਦਰ ਜਾ ਕੇ ਤਿੰਨ ਵੀ ਹੋ ਸਕਦੀਆਂ ਬਟ ਇੱਕ ਇੱਕ ਡਾਂਡੇ ਨੂੰ ਦੋ ਦੋ ਛੱਲੀਆਂ ਲੱਗੀਆਂ ਆ ਜੀ ਦੋ ਦੋ ਦੀ ਆਉਂਦੀ ਆ ਜੇ ਤੁਸੀਂ ਇੱਦਾਂ ਜਾਂਦੇ ਆ ਹੋਰ ਅੰਦਰ ਜਾ ਕੇ ਦੇਖਦੇ ਜੀ ਤੁਹਾਨੂੰ ਉਹ ਵੀ ਦਿਖਾਉਂਦੇ ਹਾਂ ਆਹ ਲਓ ਇਹਦੀ ਉਚਾਈ ਜਿਹੜੀ ਇਸ ਵੇਲੇ 9-9 ਫੁੱਟ ਹੋਵੇਗੀ ਜਿਹੜੀ ਇਸ ਵੇਲੇ ਜਿੱਥੇ ਆਪਾਂ ਖੜ੍ਹੇ ਹਾਂ ਸੋ ਇਹ ਅਬਾਊਟ 8-9 ਫੁੱਟ ਉੱਚਾ ਕਿਉਂਕਿ 6 ਫੁੱਟ ਮੇਰੀ ਲੈਂਥ ਆ ਸੋ 8-9 ਫੁੱਟ ਉੱਚੇ ਇਹ ਹੈਗੇ ਆ ਜੀ ਔਰ ਜਿਹੜੀ ਛੱਲੀ ਲੱਗੀ ਉਹ ਵੀ ਆ ਉਹ ਮੋਸਟਲੀ ਕਿਸੇ ਕਿਸੇ ਨੂੰ ਦੋ ਦੋ ਵੀ ਲੱਗੀਆਂ ਆ ਕਿਸੇ ਕਿਸੇ ਨੂੰ ਇੱਕ ਵੀ ਲੱਗੀ ਉਹ ਜਿਹੜੀ ਛੱਲੀ ਪਰ ਜਿਹੜੀ ਇਹ ਛੱਲੀਆਂ ਲਾਈਆਂ ਆ ਜੇ ਤੁਸੀਂ ਦੇਖੋਗੇ ਕਿੱਦਾਂ ਇੱਕ ਲਾਈਨ 'ਚ ਇਹ ਲਾਈਆਂ ਆ ਇਹ ਜਿੱਦਾਂ ਮਸ਼ੀਨ ਦੇ ਨਾਲ ਬੀਜੀਆਂ ਲੱਗਦੀਆਂ ਤੁਸੀਂ ਆਹ ਦੇਖ ਲਓ ਬਿਲਕੁਲ ਇੰਨੇ ਫਰਕ ਦੇ ਨਾਲ ਆਹ ਇੱਕ ਰੋ ਸੋ ਇੰਨੇ ਫਰਕ ਦੇ ਨਾਲ ਲਓ ਜੀ ਹੁਣ ਮੈਂ ਨਿਕਲਣ ਲੱਗਾ ਕਿ ਕੰਡ ਲੜਨੀ ਸ਼ੁਰੂ ਹੋ ਗਈ ਆ ਆਹ ਲਓ ਪਰ ਇਟਸ ਅਮੇਜ਼ਿੰਗ ਜਿਹੜੀਆਂ ਛੱਲੀਆਂ ਦੀ ਗੱਲ ਕਰਦੇ ਹਾਂ ਵੀ ਕਿੰਨੀਆਂ ਕਿੰਨੀਆਂ ਛੱਲੀਆਂ ਮੋਸਟਲੀ ਜ਼ਿਆਦਾ ਟਾਂਡਿਆਂ ਨੂੰ ਦੋ ਦੋ ਛੱਲੀਆਂ ਲੱਗੀਆਂ ਕਿਵੇਂ ਲੱਗ ਰਿਹਾ ਮੈਨੂੰ ਜੋ ਇੱਥੇ ਖੜ੍ਹਾ ਇੱਕ ਹੋਰ ਚੀਜ਼ ਲੱਗੀ ਮੇਰੇ ਦਿਮਾਗ 'ਚ ਇੱਕ ਗੱਲ ਆਉਂਦੀ ਸੀ ਵੀ ਇਹ ਬਹੁਤ ਵੱਡੇ ਪ੍ਰੋਜੈਕਟ ਹੋਣਗੇ ਬਹੁਤ ਮਹਿੰਗੇ ਲੱਖਾਂ ਡਾਲਰਾਂ ਦੇ ਹੋਣਗੇ ਨਾ ਹਾਂਜੀ ਇਹ ਕਿੰਨੀ ਗਿਣਤੀ ਦੇ ਵਿੱਚ ਇੱਥੇ ਸਾਰੇ ਲੱਗੇ ਨੇ ਮਤਲਬ ਇਹ ਸਟੇਟ ਜਿਹੜੀ ਆ ਅਸੀਂ ਇਲੀਨੋਇਸ ਸਟੇਟ ਦੇ ਵਿੱਚ ਹਾਂ ਇਹ ਸਟੇਟ ਇੱਕ ਹਵਾ ਦਾ ਸੋਰਸ ਰਿਚ ਹੋਊਗਾ ਇਸ ਸਟੇਟ ਦੇ ਵਿੱਚ ਕੁਦਰਤੀ ਹਵਾ ਬਹੁਤ ਜ਼ਿਆਦਾ ਵਗਦੀ ਹੁਣ ਵੀ ਦੇਖੋ ਬਹੁਤ ਜ਼ਿਆਦਾ ਆ ਚੱਲਦੀ ਪਈ ਆ ਇਹ ਜਿਹੜੀ ਗੱਲ ਮੈਨੂੰ ਹੋਰ ਲੱਗਦੀ ਪਈ ਆ ਮੈਂ ਸੋਚਦਾ ਸੀ ਵਿੰਡ ਜੇ ਇਸ ਡਾਇਰੈਕਸ਼ਨ 'ਚ ਵਗਦੀ ਹੋਊਗੀ ਪੱਖੇ ਫੇਰ ਹੀ ਚੱਲਦੇ ਹੋਣਗੇ ਜਿਸ ਡਾਇਰੈਕਸ਼ਨ 'ਚ ਵਗੇ ਫਿਰ ਕਿੱਦਾਂ ਪਰ ਮੈਂ ਹੁਣੇ ਇਹਦੀ ਜਿਹੜੀ ਉਤਲੀ ਪੋਜੀਸ਼ਨ ਆ ਮੈਨੂੰ ਲੱਗਦਾ ਉਹ ਘੁੰਮ ਸਕਦੀ ਹੈ ਨਹੀਂ ਹੋਵੇਗੀ ਬਿਲਕੁਲ ਮੋਸਟਲੀ ਹੁੰਦੀ ਹੋਏਗੀ ਕਿ ਜਿਸ ਵੀ ਡਾਇਰੈਕਸ਼ਨ ਦੇ ਵਿੱਚ ਹਵਾ ਚੱਲੇ ਉੱਧਰ ਨੂੰ ਹੀ ਫਿਰ ਇਹ ਜਿਹੜੇ ਪੱਖੇ ਚੱਲ ਸਕਣ ਇਹ ਕੁਛ ਇਹੋ ਜਿਹਾ ਜਾਂ ਕੰਪਿਊਟਰਾਈਜ਼ ਆ ਇਲੈਕਟ੍ਰੋਨਿਕਲੀ ਇਹ ਇਹ ਡਾਇਰੈਕਸ਼ਨ ਨੂੰ ਹੁੰਦੀ ਹੋਵੇਗੀ ਉਹ ਦੇਖੋ ਪਲੇਨ ਵੀ ਜਾਂਦਾ ਲੱਭਦਾ ਉੱਤੇ ਹਾਂ ਇਸ ਰਿਹਾ ਜੀ ਇਹ ਤੁਸੀਂ ਦੇਖ ਲਓ ਵਿੰਡੇ ਜਿਹਨੇ ਵੀ ਵਿੰਡੇ ਬੋਲਦੇ ਆ ਇੰਨੇ ਉੱਚੀ ਉੱਚੀ ਵਿੰਡੇ ਬੋਲ ਰਹੇ ਨੇ ਰਾਤੀ ਕੀ ਕਰਦੇ ਹੋਣਗੇ ਰਾਤੀ ਕੀ ਕਰਦੇ ਹੋਣਗੇ ਬਟ ਇਹ ਤੁਹਾਨੂੰ ਦੋ ਚੀਜ਼ਾਂ ਦਿਖਾਈਆਂ ਇੱਕ ਤਾਂ ਮੱਕੀ ਹਾਂ ਤਾਂ ਦੂਸਰੀ ਆਪਾਂ ਦਿਖਾਈ ਆ ਜਿਹੜੀ ਵਿੰਡ ਵਿੰਡ ਮਿਲ ਠੀਕ ਹੈ ਚਲੀਏ ਜੀ ਨਿਕਲੀਏ ਜੀ
ਸੋ ਆਪਾਂ ਸ਼ਿਕਾਗੋ ਦੀਆਂ ਜੂਹਾਂ 'ਤੇ ਗਏ ਹਾਂ ਪਹੁੰਚ, ਅਤੇ ਹੁਣ ਅਸੀਂ ਜਦੋਂ ਕੈਲੀਫੋਰਨੀਆ ਤੋਂ ਚੱਲੇ ਸੀ ਅਤੇ 80 ਈਸਟ ਲੈ ਕੇ ਆਏ ਸੀ, ਹੁਣ ਸ਼ਿਕਾਗੋ ਦੇ ਵਿੱਚ ਪਹੁੰਚ ਕੇ ਅਸੀਂ 80 ਵੈਸਟ ਲੈਣ ਲੱਗੇ ਹਾਂ। ਅਸੀਂ ਵੈਸਟ ਵੱਲ ਨੂੰ ਥੋੜ੍ਹਾ ਜਿਹਾ ਜਾਵਾਂਗੇ ਹੁਣ, ਕਿਉਂਕਿ ਅਸੀਂ ਫਿਰ ਜਾਣਾ ਤਾਂ ਬੇਸਿਕਲੀ ਨੌਰਥ ਵੱਲ ਨੂੰ, ਇੱਥੋਂ ਤਾਂ ਨੂੰ ਕਨੇਡਾ ਵਾਲੇ ਪਾਸੇ ਨੂੰ। ਪਰ ਹੁਣ ਸ਼ਿਕਾਗੋ ਦੇ ਵਿੱਚ ਸਾਡੀ ਜਿਹੜੀ ਐਂਟਰੀ ਹੋਈ ਆ, ਇਹ ਬਿਲਕੁਲ ਸ਼ਿਕਾਗੋ ਦਾ ਜਿਹੜਾ ਬਾਈਪਾਸ ਆ ਬਾਹਰੋਂ ਬਾਹਰ ਬਹੁਤ ਵੱਡਾ, ਅਤੇ ਕਮਾਲ ਦਾ ਸ਼ਹਿਰ ਆ ਜੀ ਸ਼ਿਕਾਗੋ। ਹਾਈਵਿਆਂ ਦਾ ਜੇ ਕਹਿ ਲਈਏ ਵੀ ਜਿਸ ਤਰੀਕੇ ਦਾ ਜਾਲ ਇੱਥੇ ਵਿਛਿਆ, ਉਹ ਸ਼ਾਇਦ ਹੀ ਹਾਈਵੇਜ਼ ਅਮੈਰੀਕਾ ਦੇ ਵਿੱਚ ਕਿਤੇ ਵੀ ਨਹੀਂ ਹੈਗੇ, ਸ਼ਾਇਦ ਕਿ ਹੈ ਹੀ ਨਹੀਂ ਕਿਤੇ, ਇੰਨੇ ਜ਼ਿਆਦਾ ਹਾਈਵੇਜ਼ ਨੇ ਅਮੈਰੀਕਾ ਇੱਥੇ ਸ਼ਿਕਾਗੋ ਦੇ ਵਿੱਚ। ਮੈਂ ਮੈਪ 'ਤੇ ਦੇਖ ਰਿਹਾ ਸੀ ਅੱਗੇ ਕਿ ਹਰ ਇੱਕ ਹਾਈਵੇ ਜਿਹੜਾ ਕਿਸੇ ਵੀ ਡਾਇਰੈਕਸ਼ਨ ਤੋਂ ਆਉਂਦਾ, ਆਹ ਦੇਖਿਓ ਉਹ ਪੂਰਾ ਸ਼ਿਕਾਗੋ ਦੇ ਡਾਊਨ ਟਾਊਨ ਤੱਕ ਜਾਂਦਾ ਹਰ ਇੱਕ ਹਾਈਵੇ, ਚਾਹੇ ਇੱਧਰੋਂ 65 ਜਾ ਰਿਹਾ, ਚਾਹੇ 57 ਜਾ ਰਿਹਾ, ਇੱਧਰੋਂ 55 ਆਇਆ, ਉੱਧਰੋਂ 355, 290, 294, 90 ਆਇਆ, ਫਿਰ ਨਿੱਕੇ ਨਿੱਕੇ ਬਹੁਤ ਜ਼ਿਆਦਾ ਨੇ ਜਿੱਦਾਂ 41, 17, 53, 52, ਜਿਹੜੇ ਸਮਾਲ ਜਿਹੜੇ ਵਿਦ ਇਨ ਦਾ ਸਟੇਟ ਹਾਈਵੇਜ਼ ਨੇ। ਸੋ ਬਹੁਤ ਹੀ ਕਮਾਲ ਦਾ ਲੱਗਿਆ ਸ਼ਿਕਾਗੋ ਦੀ ਐਂਟਰੀ ਨੇ ਹੀ ਇੰਨਾ ਕੁ ਪ੍ਰਭਾਵਿਤ ਕੀਤਾ, ਅਤੇ ਹੁਣ ਦੇਖਦੇ ਅੱਗੇ ਚੱਲ ਚੱਲ ਕੇ ਕੀ ਜਲਵੇ ਦਿਖਾਉਂਦਾ। ਅਸੀਂ ਨੇਵੀ ਪੀਅਰ ਦੀਆਂ ਬਹੁਤ ਤਾਰੀਫਾਂ ਸੁਣੀਆਂ ਕਿ ਉੱਥੋਂ ਦਾ ਵਿਊ, ਉੱਥੋਂ ਦੀ ਰਾਤ ਦਾ ਮਾਹੌਲ, ਉੱਥੋਂ ਦੀ ਲਾਈਟਿੰਗ, ਸਾਰਾ ਕੁਝ ਬਹੁਤ ਸ਼ਾਨਦਾਰ ਹੁੰਦਾ। ਸੋ ਅਸੀਂ ਉੱਧਰ ਨੂੰ ਵੀ ਜਾਵਾਂਗੇ। ਉਸ ਤੋਂ ਪਹਿਲਾਂ ਕੋਈ ਸਾਡੇ ਜਿਹੜੇ ਪਰਿਵਾਰਕ ਮੈਂਬਰ ਨੇ ਇੱਥੇ, ਉਹਨਾਂ ਦੇ ਕੋਲ ਅਸੀਂ ਹੋ ਕੇ ਅਤੇ ਫਿਰ ਸ਼ਿਕਾਗੋ ਡਾਊਨ ਟਾਊਨ ਆਪ ਵੀ ਦੇਖਾਂਗੇ, ਨਾਲ ਤੁਹਾਨੂੰ ਵੀ ਦਿਖਾਵਾਂਗੇ। ਸੋ ਆਪਾਂ ਪਹੁੰਚ ਚੁੱਕੇ ਹਾਂ ਜੀ ਇਸ ਵਕਤ ਸ਼ਿਕਾਗੋ ਦੇ ਡਾਊਨ ਟਾਊਨ ਦੇ ਲਗਭਗ ਨੇੜੇ। ਗੱਡੀਆਂ ਸਾਡੀਆਂ ਉੱਧਰ ਨੂੰ ਵੱਧਦੀਆਂ ਜਾ ਰਹੀਆਂ ਨੇ ਡਾਊਨ ਟਾਊਨ ਵੱਲ ਨੂੰ। ਬਹੁਤ ਮਸ਼ਹੂਰ ਇੱਥੋਂ ਦਾ ਨੇਵੀ ਪੀਅਰ ਅਸੀਂ ਸੁਣਿਆ, ਅਤੇ ਹੁਣ ਸੋਚਿਆ ਕਿ ਅਸੀਂ ਜਿਨ੍ਹਾਂ ਨੂੰ ਮਿਲਣਾ ਸੀਗਾ ਮਿਲ ਗਿਲ ਕੇ, ਅਤੇ ਹੁਣ ਅੱਜ ਦੀ ਰਾਤ ਅਸੀਂ ਸ਼ਿਕਾਗੋ ਦੇ ਵਿੱਚ ਹੀ ਡੇਰੇ ਲਾਵਾਂਗੇ, ਅਤੇ ਕਿਉਂ ਨਾ ਹੁਣ ਇਸ ਵੇਲੇ ਜਾ ਕੇ ਡਾਊਨ ਟਾਊਨ ਦਾ ਬਹੁਤ ਸੋਹਣਾ ਵਿਊ ਹੋਣਾ ਹੈ। ਜੇ ਵਰਲਡ ਦੇ ਵਿੱਚੋਂ ਵਨ ਆਫ ਦਾ ਬੈਸਟ ਡਾਊਨ ਟਾਊਨਸ ਦੀ ਗੱਲ ਹੋਏ ਤੇ ਸ਼ਿਕਾਗੋ ਉਹਨਾਂ ਦੇ ਵਿੱਚੋਂ ਇੱਕ ਹੈ, ਮਤਲਬ ਕਮਾਲ ਦਾ ਅਮੇਜ਼ਿੰਗ ਡਾਊਨ ਟਾਊਨ ਆ। ਥੋੜ੍ਹਾ ਬਹੁਤ ਤੁਹਾਨੂੰ ਲਾਈਟਾਂ ਸ਼ਾਇਦ ਵਿੱਚ ਲੱਭਦੀਆਂ ਹੋਣ, ਅਤੇ ਪਰ ਅਸੀਂ ਬਹੁਤ ਜਲਦ ਉੱਥੇ ਪਹੁੰਚ ਜਾਵਾਂਗੇ। ਪਹੁੰਚ ਕੇ ਉੱਥੋਂ ਦੀ ਬਿਊਟੀ ਉਹ ਨੇੜਿਓਂ ਵੀ ਦਿਖਾਵਾਂਗੇ। ਉੱਥੋਂ ਦੇ ਨਾਲ ਸਾਡੇ ਨਾਲ ਕੁਛ ਇੱਥੋਂ ਦੇ ਲੋਕਲ ਵੀ ਮੌਜੂਦ ਨੇ, ਸਾਡੇ ਭਾਈ ਸਾਹਿਬ ਹੋਣੀ, ਅਤੇ ਉਹਨਾਂ ਦੇ ਨਾਲ ਕੁਛ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਾਣਕਾਰੀਆਂ। ਹੋਰ ਸੱਜੇ ਖੱਬੇ ਜਿਹੜਾ ਲਾਈਟਾਂ ਵਾਲਾ ਨਜ਼ਾਰਾ ਇਹ ਦਿਨੇ ਨਹੀਂ ਹੋਣਾ। ਸੋ ਇਸ ਕਰਕੇ ਅਸੀਂ ਆਪਣਾ ਪਲੈਨ ਹੀ ਇਸ ਹਿਸਾਬ ਨਾਲ ਅਕੋਰਡਿੰਗਲੀ ਕੀਤਾ ਕਿ ਰਾਤ ਨੂੰ ਆਈਏ, ਨਾਲੇ ਆਪ ਦੇਖੀਏ ਅਤੇ ਨਾਲੇ ਤੁਹਾਨੂੰ ਦਿਖਾਈਏ। ਲਓ ਜੀ ਸਾਡੀ ਜਿਹੜੀ ਜੇ ਤੁਸੀਂ ਦੇਖਦੇ ਆ ਈਵਨ ਸ਼ਿਕਾਗੋ ਡਾਊਨ ਟਾਊਨ ਦੇ ਵਿੱਚ ਵੀ ਟੈਸਲਾ ਦੇ ਚਾਰਜਰ ਹੈਗੇ ਆ। ਯੋਗਰਾਜ ਕਿਵੇਂ ਲੱਗ ਰਿਹਾ? ਅਸੀਂ ਤੁਸੀਂ ਸੋਚ ਸਕਦੇ ਸੀਗੇ ਡਾਊਨ ਟਾਊਨ ਸ਼ਿਕਾਗੋ ਦੇ ਵਿੱਚ ਵੀ ਟੈਸਲਾ ਦੇ ਸੁਪਰ ਚਾਰਜਰ ਹੋਣਗੇ? ਇਹ ਬਾਕੀ ਆਪਾਂ ਨੂੰ ਤਾਂ ਕਿਉਂਕਿ ਹੁਣ ਤੱਕ ਅਸੀਂ ਤਕਰੀਬਨ ਹੀ ਖੁੱਲ੍ਹੀਆਂ ਥਾਵਾਂ 'ਤੇ ਲਾਉਂਦੇ ਆਏ ਨਾ ਹਾਈਵੇਜ਼ ਦੇ ਉੱਤੇ ਵੀ ਹਾਈਵੇ ਤੋਂ ਐਕਸਿਟ ਕੱਢ ਲਿਆ, ਨਾਲ ਦੀ ਨਾਲ ਹੀ ਚਾਰਜਰ ਲੱਗ ਗਿਆ, ਅਤੇ ਆਹ ਸ਼ਿਕਾਗੋ ਡਾਊਨ ਟਾਊਨ ਨੇਵੀ ਪੀਅਰ ਦੇਖਣ ਆਏ ਅਤੇ ਸੋਚਿਆ ਵੀ ਚਾਰਜ ਕਰਕੇ ਦੇਖਦੇ ਹਾਂ ਕਿ ਪਲੈਨ ਨਹੀਂ ਸੀ, ਅਤੇ ਸਾਨੂੰ ਚਾਰਜਰ ਮਿਲ ਗਿਆ ਅਤੇ ਅਸੀਂ ਨਾਲ ਹੀ ਉਹਦਾ ਲਾਹਾ ਮਤਲਬ ਲੁੱਟਣ ਦੀ ਸੋਚ ਲਈ ਵੀ ਚੱਲ ਹੁਣ ਖੜ੍ਹਨਾ ਤਾਂ ਹੈਗਾ ਹੀ ਆ, ਘੰਟਾ ਇੱਕ ਇੱਥੇ ਵੇਖਣਾ ਵਿਖਾਉਣਾ ਹੈਗਾ ਹੀ ਆ, ਅਤੇ ਚਾਰਜਿੰਗ ਵਾਲੀ ਸਹੂਲਤ ਵੀ ਲੈ ਲੈਂਦੇ ਹਾਂ। ਸੋ ਤੁਰਦੇ ਹੁਣ ਬਾਹਰ ਚੱਲੇ ਹਾਂ, ਅਤੇ ਬਾਹਰ ਚੱਲ ਕੇ ਬਾਹਰ ਦਾ ਬਹੁਤ ਸੋਹਣਾ ਵਿਊ ਅਮੇਜ਼ਿੰਗ ਤੁਸੀਂ ਖੁਸ਼ ਹੋਵੋਗੇ ਦੇਖ ਕੇ, ਉਹ ਤੁਹਾਨੂੰ ਦਿਖਾਉਂਦੇ ਹਾਂ ਹੁਣ ਨਾਲ। ਬਾਕੀ ਇਹ ਸ਼ਿਕਾਗੋ ਦੇ ਵਿੱਚ ਬੰਦਾ ਬੜਾ ਈਜ਼ਲੀ ਭੁੱਲ ਸਕਦਾ, ਦੇਖੋ ਕਿੰਨੇ ਹਾਈਵੇ ਆ, ਕਿੰਨੇ ਹਾਈਵੇ ਉੱਪਰ ਥੱਲੇ ਇਸ ਤੋਂ ਵੀ ਉੱਪਰ। ਯੋਗਰਾਜ ਦੇਖ ਆਹ ਪੌੜੀ ਚੜ੍ਹ ਕੇ ਓਕੇ ਹੋ ਗਿਆ।
ਰਿਵਰ ਵਾਕ, ਸ਼ਿਕਾਗੋ ਰਿਵਰ ਵਾਕ। ਲਓ ਜੀ, ਸੈਨ ਫਰਾਂਸਿਸਕੋ ਅਸੀਂ ਡਬਲ ਸਟੋਰੀ ਹਾਈਵੇਜ਼ ਦੇਖੇ ਸੀਗੇ, ਇਹ ਸ਼ਿਕਾਗੋ ਆ ਕੇ ਟ੍ਰਿਪਲ ਸਟੋਰੀ ਤੇ ਆ। ਬਹੁਤ ਸੋਹਣਾ ਡਾਊਨ ਟਾਊਨ ਦੇ ਵਿੱਚ ਦੀ ਇਹ ਫੈਰੀ ਚੱਲਦੀ ਪਈ ਆ। ਮੇਰੇ ਖਿਆਲ ਇਹ ਕਰੂਜ਼ ਪਾਰਟੀ ਟਾਈਪ ਜਾਂ ਕਰੂਜ਼ ਦੇ ਉੱਤੇ ਸ਼ਹਿਰ ਦੇ ਡਾਊਨ ਟਾਊਨ ਦਾ ਗੇੜਾ ਦੇਣਾ। ਉਸ ਤੋਂ ਇੱਕ ਹੁਣ ਅਸੀਂ ਹਾਈਵੇ ਦੀ ਤੀਸਰੀ ਬਿਲਡਿੰਗ 'ਤੇ ਪਹੁੰਚ ਗਏ ਹਾਂ ਜੀ। ਸੋ ਇਹ ਟ੍ਰਿਪਲ ਸਟੋਰੀ ਹਾਈਵੇ ਜਿਹੜਾ ਉਹਦੀ ਅਸੀਂ ਤੀਸਰੀ ਮੰਜ਼ਿਲ 'ਤੇ ਪਹੁੰਚ ਗਏ ਹਾਂ। ਲਓ ਜੀ, ਇਸ ਵੇਲੇ ਅਸੀਂ ਅਗੇਨ ਦੱਸ ਦਈਏ ਗੱਡੀ ਦੇ ਵਿੱਚ ਬਹਿ ਗਏ ਹਾਂ। ਅਜੀਤ ਭਾਅ ਜੀ ਸਾਡੇ ਨਾਲ ਨੇ ਤਾਂ ਸਾਨੂੰ ਡਾਊਨ ਟਾਊਨ ਦਿਖਾਉਣਗੇ। ਐਂਡ ਹੁਣ ਆਪਾਂ ਅਜੀਤ ਭਾਅ ਜੀ ਜਾ ਰਹੇ ਹਾਂ ਕਿਹੜੀ ਨੇਵੀ ਪੀਅਰ? ਭਾਅ ਜੀ ਨੇਵੀ ਪੀਅਰ, ਨੇਵੀ ਪੀਅਰ ਉੱਥੇ ਜਦੋਂ ਲਾਈਟ ਆਊਗੀ ਫਿਰ ਪ੍ਰੋਪਰ ਰਣਜੀਤ ਅਜੀਤ ਭਾਅ ਜੀ ਦੀ ਪ੍ਰੋਪਰ ਇੰਟਰੋਡਕਸ਼ਨ ਕਰਵਾਉਂਦੇ ਇੱਥੇ। ਹੁਣ ਵਾਲਾ ਹੁਣ ਬਿਲਡਿੰਗਾਂ ਦਿਖਾ ਦਈਏ। ਵਾਹ ਜੀ ਵਾਹ ਭਾਅ ਜੀ, ਇਹ ਸਾਰੇ ਜਿਹੜੇ ਹੋਟਲ ਵਗੈਰਾ ਹਾਈ ਐਂਡ ਹੋਟਲ ਹੀ ਆ ਨਾ ਜੀ ਇੱਥੇ ਇਸ ਵੇਲੇ? ਹਾਂਜੀ, ਆਲਮੋਸਟ ਰੈਜ਼ੀਡੈਂਸ਼ੀਅਲ ਪਲੱਸ ਕਮਰਸ਼ੀਅਲ ਬੇਸਿਕਲੀ। ਸ਼ਿਕਾਗੋ ਇਜ਼ ਦਾ ਹਬ ਆਫ ਦਾ ਮਿਡਵੈਸਟ, ਕਮਰਸ਼ੀਅਲ ਕੈਪੀਟਲ ਕਿਹਾ ਜਾਂਦਾ ਇਹਨੂੰ ਨਾ। ਹਾਂਜੀ, ਮਿਡਵੈਸਟ ਅਮਰੀਕਾ ਦੀ। ਸੋ ਦੈਟਸ ਹਾਊ ਯੂ ਸਾ ਆਲ ਦੋਸ ਬਿਲਡਿੰਗਸ, ਮੋਸਟ ਆਫ ਦੈਮ ਆਰ ਰੈਜ਼ੀਡੈਂਸ਼ੀਅਲ। ਸੋ ਜੀ, ਟਰੰਪ ਦਾ ਹੋਟਲ ਦੇਖ ਲੈਂਦੇ। ਇਹ ਟਰੰਪ ਦਾ ਜੀ? ਟਰੰਪ ਇੰਟਰਨੈਸ਼ਨਲ। ਹਾਂਜੀ, ਵਾਹ ਜੀ, ਰੈਜ਼ੀਡੈਂਸ਼ੀਅਲ ਪਲੱਸ ਕਮਰਸ਼ੀਅਲ। ਅੱਛਾ ਜੀ, ਭਾਈ ਨੇ ਦੱਸਿਆ ਵੀ ਜਿਹੜਾ ਸਭ ਤੋਂ ਉੱਪਰਲਾ ਟਰੰਪ ਦਾ ਅਪਾਰਟਮੈਂਟ ਹੋਣਾ, ਸਭ ਤੋਂ ਉੱਪਰਲਾ ਪੈਂਟ ਹਾਊਸ ਹੈ ਨਾ, ਕਿੰਨੇ ਦਾ ਜੀ? 34 million ਯੂਐਸ ਡਾਲਰਸ। ਹੁਣ ਤੁਸੀਂ ਆਪੇ ਰੁਪਈਏ ਜਾਂ ਕੈਨੇਡੀਅਨ ਕਨਵਰਟ ਕਰੀ ਆਇਓ, ਅਸੀਂ ਤੁਹਾਨੂੰ ਹੋਰ ਦਿਖਾਈਏ। ਲਓ ਜੀ, ਵਾਹ ਜੀ ਵਾਹ। ਸੋ ਦਿਸ ਇਜ਼ ਏ ਰਿਵਰ ਔਨ ਦਾ ਸਾਈਡ। ਅੱਛਾ ਜੀ, ਵਿਚ ਕੇਮ ਫਰੋਮ ਨੇਵੀ ਪੀਅਰ। ਅੱਛਾ ਜੀ, ਇਟਸ ਪਾਸ ਦਿਸ ਹੋਲ ਸਿਟੀ, ਪੂਰੇ ਸਿਟੀ ਨੂੰ ਪਾਸ ਕਰਦੀ ਹੈ। ਵਾਹ, ਇਸ ਸਾਈਡ ਤੇ ਰਿਵਰ ਹੈ ਨਾ? ਹਾਂਜੀ ਹਾਂਜੀ ਹਾਂਜੀ, ਮੈਂ ਦੇਖਿਆ ਜੀ ਉੱਥੇ ਵਿੱਚ ਬੋਟਿੰਗ ਵੀ ਕਰ ਰਹੇ ਸੀਗੇ ਨਾ, ਵਧੀਆ ਵਧੀਆ ਬੋਟਿੰਗ। ਲਓ ਜੀ, ਭਾਅ ਜੀ ਵਧੀਆ ਹੋਇਆ ਨਾ ਜੀ ਇਹ? ਅਸਲ ਵਿੱਚ ਰਾਤ ਨੂੰ ਹੀ ਸੋਹਣਾ ਲੱਗਦਾ ਨਾ, ਹੋਰ ਜ਼ਿਆਦਾ ਵੀ ਸੋਹਣਾ, ਦਿਨੇ ਸ਼ਾਇਦ ਉਨੀ ਡਿਫਰੈਂਟ ਤਰ੍ਹਾਂ ਦੀ ਬਿਊਟੀ ਹੋਵੇ। ਇੱਥੇ ਤਾਂ ਇਹ ਵੀ ਨਹੀਂ ਪਤਾ ਲੱਗਦਾ ਵੀ ਜਿਹੜਾ ਸਾਰਨ ਵੱਜ ਰਿਹਾ ਵੀ ਇਹ ਕਿੰਨੀ ਫਲੋਰ ਵਾਲੇ ਹਾਈਵੇ ਦਾ ਵੱਜ ਰਿਹਾ ਨਾ। ਇਹ ਬੇਸਿਕਲੀ ਦਿਸ ਇਜ਼ ਮਿਸ਼ੀਗਨ ਐਵਨਿਊ, ਮਿਸ਼ੀਗਨ ਐਵਨਿਊ, ਔਰ ਇਹ ਸਭ ਤੋਂ ਓਲਡੈਸਟ ਸਟਰੀਟ ਸੀ ਇੱਥੇ ਜਿਹੜੀ ਮਿਸ਼ੀਗਨ। ਸੋ ਇਹਦੇ ਦੇਖੋ ਤੁਸੀਂ ਸਾਰੇ ਸ਼ੋਰੂਮ ਹੈਗੇ ਇਹਦੇ ਉੱਤੇ ਨਾ, ਰਾਈਟ ਹੈਂਡ ਸਾਈਡ 'ਤੇ ਪਾਰਕ ਹੈਗਾ ਜੀ ਆਪਣਾ, ਹੁਣ ਕੰਸਟਰਕਸ਼ਨ ਚੱਲਦੀ ਇੱਥੇ, ਬਟ ਦਿਸ ਇਜ਼ ਦਾ ਪਾਰਕ ਔਨ ਰਾਈਟ ਹੈਂਡ ਸਾਈਡ। ਭਾਈ ਬਿਲਡਿੰਗ ਦੇਖੋ ਕਿਹੋ ਜਿਹੀ ਹੈ ਨਾ, ਉਹ ਫਲਾਵਰਸ ਆ। ਇਹ ਵੈਦਰ ਕਿਹੋ ਜਿਹਾ ਜੀ ਇੱਥੇ? ਮਤਲਬ ਵਿੰਟਰ ਤਾਂ ਬਹੁਤ ਠੰਡੀ ਹੁੰਦੀ ਹੈ, ਬਹੁਤ ਸਨੋ ਪੈਂਦੀ ਹੈ? ਹਾਂਜੀ, ਬਹੁਤ ਠੰਡੀ ਹੁੰਦੀ। ਟੈਂਪਰੇਚਰ ਗੋਜ਼ ਸਮ ਟਾਈਮ -15 ਇਨ ਨਾਈਟ, ਸੋ ਇਟਸ ਇਨ ਫੈਰਨਹਾਈਟ, ਨੋਟ ਇਨ ਸੈਲਸੀਅਸ। ਸੋ ਸੈਲਸੀਅਸ ਕਿੰਨਾ ਹੋਊਗਾ ਜੀ? ਸੈਲਸੀਅਸ ਇਟ ਵਿਲ ਬੀ ਮੋਰ 14 ਅਰਾਊਂਡ ਸੈਲਸੀਅਸ 40 ਹੈ ਨਾ, ਸਮਥਿੰਗ ਲਾਈਕ ਦੈਟ। ਯਾ ਵਾਓ, ਦੇਖੋ ਜੀ ਪੂਰਾ ਠੰਡ, ਪੂਰੀ ਤੋਂ ਵੀ ਜ਼ਿਆਦਾ ਠੰਡ ਇੱਥੇ ਹੁੰਦੀ ਹੈ ਜੀ, ਪਰ ਕਿਆ ਬਾਤ ਹੈ ਜੀ, ਬਿਊਟੀਫੁਲ। Proceed to the route.
then turn left onto North Post Place. पर जी शिकागो की सब तो उची बिल्डिंग आ कुछ पता भी कि स्टोरी सब तो उची बिल्डिंग भाजी इतने सीयर सेंटर है हूँ इन कह दें विल्स विल्स टावर इट यूज टू बी सीयर सेंटर एंड द गुड थिंग इज दैट दिस बिल्डिंग वॉज आर्किटेक्ट बाई ए इंडियन गाई Sears Center architect was Indian. Wow. Yeah, so he was from Bengal. Bengal to see you. Achha, I think his name was Partho Ghosh, if I'm not wrong. Okay. So on that one, Sears Tower, and on Dujji building, Paji. So Partho Ghosh, if I'm not correcting the name is spelled, he was the architect for that building. That used to be world tallest building. And then we have tower in New York, that was the second one, but till I think 1995 that was the tallest building in world. Wow. Yeah. See, मतलब किन्हीं या स्टोरी हैं होंगी पता जी? I believe 115 if exactly नहीं पता पर I think so more than 100 story. दीपारी करियो Sears Tower Chicago. Yeah then you'll see. अब जा कर. Spell किए भाई. Sears Tower की जी गल करते 108 स्टोरी उची ए 95 दे विच टॉलेस्ट बिल्डिंग सी जी 1995 दैट वाज द टॉलेस्ट बिल्डिंग सो हुन कोहर हो गए बुर्ज खलीफा बुर्ज खलीफा ओ और बुर्ज खलीफा इज वर्ल्ड टॉलेस्ट वाह बुर्ज खलीफा तो बाद यही शायद हो नो उस तो पहले न्यूयॉर्क टावर सी ना जेड़ा 9/11 से ट्विन टावर वाओ लुक एट दैट वाज दैट इलोनोए स्टेट है ना अपना जिथे रहने शिकागो च स्टेट बिल्डिंग हैगी इलोनोए दी नहीं नॉट नॉट ले मतलब गवर्नमेंट दे ऑफिसेज हैंगे हुण एक गूगल ने बाय कर ली बिल्डिंग अच्छा जी गूगल बॉट इट बिकॉज स्टेट डोंट वांट टू मेंटेन इट देयर आर लॉट ऑफ एक्सपेंस फॉर दैट बिल्डिंग सो गूगल बॉट इट एंड आई बिलीव दे आर गोइंग टू ओपन देयर रीजनल बेस हियर ऑन दैट बिल्डिंग पर अजीत भाजी होना दी मेहमान नवाजी देख के एंड जोगराज जी होना दे सियाणप देख के असी डिसाइड कर लिया भी असी अज रात रह के सवेरे 4 बजे तुरांगे बेसिकली सारा जन्ना सी अमेरिका फिरे है ना जिदा कहिंदे ने तेरे उत्ते उत्ते तैर रहे हैं जी अजे असी विच डुबकियां लाउणियां ने यार सो इस वारी असी तैरदा तैरदा सारा एक वारी देखना फिर नेक्स्ट स्टेप दे विच असी इहनूं डीप वधिया तरीके नाल डीप डाइव करांगे असी डीप डाइव रेकी कर रहे हैं जी असी रेकी चल रही है हां असली तुसी आ गए ही अगली बार रेकी हो
ਜਹਾਜ਼ ਚ ਆਇਆ ਕਰਾਂਗੇ ਵੈਨ ਯੂ ਕੇਮ ਟੂ ਸ਼ਿਕਾਗੋ ਡੋਨਟ ਟਰਸਟ ਔਨ ਜੀਪੀਐਸ ਬਿਕੋਜ਼ ਵੀ ਆਰ ਔਨ 3rd ਫਲੋਰ ਰਾਈਟ ਨਾਓ ਨਹੀਂ ਕਰੇ ਨਹੀਂ ਸਕਦੇ ਜੀ ਤੁਸੀਂ ਦੇਖੋ ਆ ਵੀ ਹਾਈਵੇ ਆ ਵੀ ਹਾਈ ਜੀਪੀਐਸ ਨੇ ਸੈਟੇਲਾਈਟ ਤੋਂ ਵਿਊ ਲੈਣਾ ਆ ਉਹ ਤਾਂ ਹੁਣ ਉਹ ਕਿੱਦਾਂ ਮੈਨੇਜ ਕਰਦਾ ਹੋਊਗਾ ਵੀ ਕਿਹੜੀ ਫਲੋਰ ਤੇ ਆ ਤੁਸੀਂ ਹਾਂਜੀ ਹਾਂਜੀ So we are on 3rd now. 2nd, there is a take ho rahega. Wow. So aapa basically Navy Pier te pahunch gaye almost. So basically aapa almost we are there. Okay. Navy Pier parking. Lo ji. ਇਹ ਕੋਈ ਹਿਸਟੋਰਿਕ ਵੀ ਹੈਗਾ ਜੀ ਇਹ ਨੇਵੀ ਪੀਅਰ ਹਾਂਜੀ ਨੇਵੀ ਪੀਅਰ ਇਹਦਾ ਨਾਂ ਵਾਈ ਦੇ ਪੁੱਟ ਨੇਵੀ ਪੀਅਰ ਬਿਕੋਜ਼ ਟਰਾਂਸਪੋਰਟੇਸ਼ਨ ਇੱਥੋਂ ਚੱਲਦੀ ਸੀ ਸਿਪ ਦੀ ਨਾ ਵੈਨ ਜਦੋਂ 1918 ਤੁਸੀਂ ਉੱਥੇ ਜਾ ਕੇ ਦੇਖੋਗੇ ਅਜੇ ਵੀ ਉਹਦਾ ਯੂ ਵਿਲ ਸੀ ਏ ਮਾਰਕ ਦੇਅਰ ਵੈਨ ਵਿਲ ਗੋ ਦੇਅਰ ਅੱਛਾ ਜੀ ਨਹੀਂ ਪਰ ਸ਼ਿਕਾਗੋ ਨੂੰ ਕੋਈ ਸੀ ਲੱਗਦਾ ਜਾਂ ਨਹੀਂ ਨਹੀਂ ਕੈਨੇਡਾ ਤੋਂ ਇਹ ਲੇਕ ਜਿਹੜੀ ਨਾ ਤੁਹਾਡੀ ਕੈਨੇਡਾ ਤੱਕ ਮਿਲਦੀ ਹੈਗੀ ਸੋ ਕੈਨੇਡਾ ਤੋਂ ਹੁਣ ਤਾਂ ਟਰਾਂਸਪੋਰਟੇਸ਼ਨ ਰੇਲਵੇ ਹਾਂਜੀ ਹੁਣ ਤਾਂ ਟਰਾਂਸਪੋਰਟੇਸ਼ਨ ਇੱਦਾਂ ਨਾ ਰੇਲ ਟ੍ਰੇਨ ਹੋ ਗਿਆ ਸਾਰਾ ਕੁਛ ਹੋ ਗਿਆ 18-19 ਸੈਂਚੁਰੀ 'ਚ ਟਰਾਂਸਪੋਰਟੇਸ਼ਨ ਦੀ ਪ੍ਰੋਬਲਮ ਕੈਨੇਡਾ ਤੋਂ ਜਿਹੜਾ ਮੇਨ ਸੋਰਸ ਹੈ ਇਹ ਲੇਕ ਸੀਗੀ ਸੋ ਸਿਪ ਵਾਜ ਦਾ ਮੇਨ ਸੋਰਸ ਟੂ ਬ੍ਰਿੰਗ ਦਾ ਸਟਫ ਹਾਂਜੀ 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 ਉਹ ਫਿਰ ਮਤਲਬ ਸ਼ਿਪਿੰਗ ਸ਼ਿਪਾਂ ਹੁਣ ਪਤਾ ਲੱਗਾ ਵੀ ਕਿਉਂ ਵੱਡੇ ਵੱਡੇ ਸ਼ਿਪ ਇੱਥੇ ਹੈਗੇ ਆ ਜਦੋਂ ਕਿ ਕੋਈ ਵੀ ਓਸ਼ੀਅਨ ਨੂੰ ਲੱਗਦਾ ਨਹੀਂ ਬਟ ਉਹ ਲੈ ਕੇ ਮੇਰੇ ਖਿਆਲ 1000 ਕਿਲੋਮੀਟਰ ਲੰਬੀ ਹੋਣੀ ਆ ਗੋਸ ਟਿਲ ਕੈਨੇਡਾ ਹਾਂਜੀ ਉਹ ਕੈਨੇਡਾ ਤੋਂ ਜਿਹੜਾ ਆਵਾਜਾਈ ਸਮਾਨ ਦਾ ਸਾਧਨ ਸੀਗਾ ਸ਼ਿਪਾਂ ਰਾਹੀਂ ਇੱਧਰ ਉੱਧਰ ਲੈ ਕੇ ਜਾਂਦੇ ਸੀ ਅਤੇ ਉਹ ਤਾਂ ਕਰਕੇ ਇਹਨੂੰ ਆਪਾਂ ਨੇਵੀ ਇਹ ਤੁਹਾਡੀ ਲੇਕ ਜਿਹੜੀ ਹੈਗੀ ਲੇਕ ਸੁਪੀਰੀਅਰ ਜਿਹੜੀ ਹੈ ਨਾ ਓਨਟਾਰੀਓ ਦੇ ਨਾਲ ਹੈਗੀ ਤੁਹਾਡੀ ਸੋ ਇਹ ਲੇਕ ਸੁਪੀਰੀਅਰ ਆਪਣਾ ਲੇਕ ਹੋਰੋਨ ਅਤੇ ਉੱਥੇ ਤੱਕ ਜਾ ਕੇ ਮਿਲਦੀ ਹੈਗੀ ਸੋ ਦੈਟ ਵਾਜ਼ ਦਾ ਰੀਜਨ ਕਿ ਇੱਥੇ ਇਹਨੂੰ ਨੇਵੀ ਪੀਅਰ ਪੀਅਰ ਦਾ ਮਤਲਬ ਤੁਸੀਂ ਜੋੜਦੇ ਸੋ ਬੇਸਿਕਲੀ ਸਿਪ ਇੱਥੇ ਆ ਕੇ ਮਿਲਦੇ ਸੀ ਸੋ ਵੀ ਕੇਮ ਟੂ ਦਾ ਪਾਰਕਿੰਗ ਗੈਰਾਜ ਨਾਓ ਸੋ ਦੈਨ ਵਿਲ ਵਾਕ ਫਿਰ ਗਾਹਾਂ 9 ਵਜੇ ਬੰਦ ਹੋ ਜਾਂਦਾ ਨਹੀਂ ਮੇਰੇ ਖਿਆਲ ਬਟ ਵੀ ਹੈਵ ਪਾਰਕਿੰਗ ਓਪਨ ਦੈਟਸ ਅ ਗੁੱਡ ਥਿੰਗ ਪਾਰਕਿੰਗ ਦੇ ਇੱਥੇ ਹੈਗੀ ਜੀ $16 ਡੇਢ ਘੰਟੇ ਦੇ $26 ਪਾਰਕਿੰਗ ਬਹੁਤ ਮਹਿੰਗੀ ਹੈ ਨਾ ਭਾਅ ਜੀ ਇੱਥੇ ਕੀ ਤੁਸੀਂ ਇਹ ਦੇਖ ਲਓ ਵੀ ਜੇ ਦੋ ਘੰਟੇ ਤੋਂ 6 hours ਲਾਉਣੇ ਆ ਤਾਂ ਪਰ ਆਵਰ ਰੇਟ ਹੈਗਾ $27 ਜੇ ਬਾਰਾਂ ਘੰਟੇ ਵਾਹ ਬਹੁਤ ਮਹਿੰਗੀ ਆ ਜੀ ਡਾਊਨ ਟਾਊਨ ਪਾਰਕਿੰਗ ਤੁਸੀਂ ਦੇਖ ਲਓ $1 $16 ਹੈ ਨਾ ਭਾਅ ਜੀ ਇੱਕ ਤੋਂ ਡੇਢ ਘੰਟਾ ਭਾਅ ਜੀ ਬਹੁਤ ਵਧੀਆ ਪਹਿਲਾਂ ਤਾਂ ਸਭ ਤੋਂ ਪਹਿਲੇ ਪ੍ਰਾਈਮ ਏਸ਼ੀਆ ਅਤੇ ਭਾਅ ਜੀ ਉਹਨਾਂ ਨੂੰ ਤੁਹਾਨੂੰ ਮੈਂ ਜੀ ਆ ਨੂੰ ਕਹਿੰਦੇ ਜੀ ਸ਼ਿਕਾਗੋ ਸੋ ਰਾਤ ਦੇ ਹੁਣ ਕਿੰਨੇ ਵਜੇ ਹੋ ਜੀ 10:30 11:30 ਰਾਈਟ ਸੋ ਵੀ ਆਰ ਵਾਕਿੰਗ ਔਨ ਨੇਵੀ ਪੀਅਰ ਸ਼ਿਕਾਗੋ ਨਾਓ ਸੋ ਭਾਅ ਜੀ ਬੇਸਿਕਲੀ ਇਹ ਆਪਣੀ ਲੇਕ ਜਿਹੜੀ ਮੇਨ ਲੇਕ ਹੈਗੀ ਇੱਥੇ ਸ਼ਿਕਾਗੋ ਦੀ ਸੋ ਦੈਟ ਇਜ਼ ਅ ਸੋਰਸ ਵਾਟਰ ਸੋਰਸ ਫੋਰ ਆਲ ਜਿੰਨੇ ਵੀ ਸ਼ਿਕਾਗੋਲੈਂਡ ਦੇ ਬੰਦੇ ਹੈ ਸੋ ਸ਼ਿਕਾਗੋ 'ਚ ਬੇਸਿਕਲੀ 3 million ਲੋਕ ਰਹਿੰਦੇ ਪਲੱਸ ਸਬਰਬ ਹੈ 2 million ਸੋ 5 million ਲੋਕਾਂ ਨੂੰ ਇਹ ਲੇਕ ਪਾਣੀ ਸਪਲਾਈ ਕਰਦੀ ਹੈਗੀ ਬੇਸਿਕਲੀ ਹਾਂ ਸੋ ਐਂਡ ਦੈਟ ਇਜ਼ ਅ ਲਾਰਜੈਸਟ ਲੇਕ ਐਂਡ ਮੇਨ ਸੋਰਸ ਆਫ ਦਾ ਵਾਟਰ ਟੂ ਪੀਪਲ ਇਨ ਸ਼ਿਕਾਗੋਲੈਂਡ ਸੋ ਉਹ ਬਿਲਡਿੰਗ ਤੁਸੀਂ ਦੇਖ ਰਹੇ ਨਾ ਜਿੱਥੇ ਲਾਲ ਬੱਤੀ ਜਗਦੀ ਹੈਗੀ ਰਾਈਟ ਦੈਟ ਇਜ਼ ਉਹ ਆਪਣੀ ਸਾਹਮਣੇ ਬਿਲਡਿੰਗ ਹੈਗੀ ਨਾ ਸੋ ਦੈਟ ਇਜ਼ ਸੀਅਰਸ ਟਾਵਰ ਸੋ ਦੈਟ ਯੂਜ਼ ਟੂ ਵੀ ਆਪਾਂ ਆਪਣੀ ਪਹਿਲੇ ਵੀ ਗੱਲ ਹੋਈ ਸੀ ਸਭ ਤੋਂ ਟੋਲੈਸਟ ਬਿਲਡਿੰਗ ਹੈਗੀ ਸ਼ਿਕਾਗੋ ਦੀ ਐਂਡ 108 ਸਟੋਰੀ ਬਿਲਡਿੰਗ ਹੈਗੀ ਹੁਣ ਰਾਤ ਹੋਈ ਹੈਗੀ ਉੱਥੇ ਤੁਸੀਂ ਇੱਥੇ ਐਕੁਆਰੀਅਮ ਹੈ ਸਭ ਤੋਂ ਵੱਡਾ ਆਪਣਾ ਮਿਡ ਵੈਸਟ ਦਾ ਫਿਸ਼ ਪੂਰਾ ਇੱਕ ਜਿਹਦੇ ਵਿੱਚ ਜਿੰਨੇ ਵੀ ਜਾਨਵਰ ਹੈ ਆਪਣਾ ਸੀ ਤੋਂ ਰਿਲੇਟਡ ਉਹ ਰੱਖ ਦੇਂਗੇ ਸੀਡ ਇਕੁਆਰੀਅਮ ਕਹਿੰਦੇ ਉਹਨੂੰ ਉਸ ਤੋਂ ਬਾਅਦ ਉਹ ਸਾਹਮਣੇ ਹੈਗਾ ਉੱਥੇ ਜਿੱਥੇ ਰੈੱਡ ਲਾਈਟਸ ਨਹੀਂ ਜੜਦੀ ਹਾਂਜੀ ਹਾਂਜੀ ਦੈਟ ਇਜ਼ ਸੀਡ ਇਕੁਆਰੀਅਮ
ਸਭ ਤੋਂ ਅਤੇ ਜੇ ਤੁਸੀਂ ਇੱਥੇ ਦਿਨੇ ਆਓਗੇ ਨਾ ਭਾਅ ਜੀ, ਇਟਸ ਜੈਮ ਪੈਕ ਵਾਕਿੰਗ। ਇਹ ਆਪਣਾ ਇੱਥੇ ਟੂਰਸ ਹੈਗੇ, ਅਟਰੈਕਟਿਵ ਟੂਰਸ, ਸਿਟੀ ਟੂਰਸ ਹੋ ਅਤੇ ਹੁਣ ਤਾਂ ਆਪਾਂ ਲੱਕੀ ਹੈਗੇ, ਇੱਥੇ ਕੋਈ ਹੈ ਨਹੀਂ, ਬਟ ਇਫ ਯੂ ਕੇਮ ਇਨ ਡੇ ਟਾਈਮ ਯੂ ਵਿਲ ਸੀ ਐਵਰੀਥਿੰਗ ਵਿਲ ਬੀ ਫੁੱਲ। ਇਹ ਨੇਵੀ ਪੀਅਰ ਬੇਸਿਕਲੀ ਇਸੇ ਫਾਲਟ ਹੁੰਦਾ ਸੀਗਾ, ਨੇਵੀ ਪੀਅਰ ਕਹਿੰਦੇ, ਹੁਣ ਤਾਂ ਚਲੋ ਮੋਡਰਨਾਈਜ਼ ਹੋ ਗਿਆ, 19th ਸੈਂਚੁਰੀ 'ਚ ਇੱਥੇ ਸੇ ਪਾ ਕੇ ਰੁਕਦੇ ਸੀ ਬੇਸਿਕਲੀ, ਹੁਣ ਤਾਂ ਇਹਨਾਂ ਨੇ ਮੋਡਰਨਾਈਜ਼ ਕਰਤਾ। ਇਹ ਪੂਰਾ ਇੱਥੇ ਸਾਰੀ ਇਕੋਨੋਮਿਕਲ ਐਕਟੀਵਿਟੀ ਹੈ ਕਿਡਸ ਲਈ, ਤੁਸੀਂ ਉਹ ਦੇਖ ਰਹੇ ਹੋ ਉੱਤੇ, ਅਤੇ ਇਸ ਤੋਂ ਅੱਗੇ ਜਾ ਕੇ ਨੇਵੀ ਵਿਊ ਹੋਟਲ ਹੈਗਾ ਲਾਸਟ ਦੇ ਵਿੱਚ, ਵਿਚ ਇਜ਼ ਵਨ ਆਫ ਦਾ ਮੋਸਟ ਬਿਊਟੀਫੁੱਲ ਹੋਟਲ। ਐਂਡ ਸੋ ਦੈਟਸ ਪ੍ਰਾਈਮ ਏਸ਼ੀਆ ਟੀਵੀ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ। ਅਸੀਂ ਇਸ ਵਕਤ ਯੂ ਐੱਸ ਏ ਦੇ ਵਿੱਚ ਹਾਂ ਅਤੇ ਯੂ ਐੱਸ ਏ ਦੇ ਵੱਖੋ ਵੱਖ ਸ਼ਹਿਰਾਂ ਦਾ ਦੌਰਾ ਜਿਹੜਾ ਸਾਡਾ ਚੱਲ ਰਿਹਾ, ਸ਼ਿਕਾਗੋ ਦੇ ਵਿੱਚ ਮੌਜੂਦ ਹਾਂ ਅਤੇ ਸਾਡੇ ਨਾਲ ਭਾਅ ਜੀ ਅਜੀਤ ਸਿੰਘ ਹੁਣੀ ਨੇ। ਭਾਅ ਜੀ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਆ, ਬਹੁਤ ਤੁਹਾਡਾ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਜੀ, ਸ਼ਿਕਾਗੋ ਮੋਸਟ ਵੈਲਕਮ। ਰਾਤ ਦੇ 11:30 ਵਜੇ ਹੋਏ, ਵੀ ਆਰ ਇੰਜੋਇੰਗ ਨੇਵੀ ਪੀਅਰ ਰਾਈਟ ਨਾਓ। ਆਈ ਐਮ ਗਲੈਡ ਦੈਟ ਯੂ ਗਾਈਜ਼ ਆਰ ਹੀਅਰ, ਥੈਂਕ ਯੂ ਵੈਰੀ ਮੱਚ। ਭਾਅ ਜੀ ਸਭ ਤੋਂ ਪਹਿਲਾਂ ਆਪਣੇ ਬਾਰੇ ਕੁਝ ਥੋੜ੍ਹਾ ਜਿਹਾ ਦੱਸ ਦਿਓ, ਫਿਰ ਅਸੀਂ ਤੁਹਾਡੇ ਸ਼ਹਿਰ ਸ਼ਿਕਾਗੋ ਬਾਰੇ ਪੁੱਛਣਾ। ਉਸ ਤੋਂ ਪਹਿਲਾਂ ਥਾਂ ਜਿੱਥੇ ਅਸੀਂ ਖੜ੍ਹੇ ਹਾਂ, ਨੇਵੀ ਪੀਅਰ ਬਹੁਤ ਮਸ਼ਹੂਰ ਥਾਂ ਆ, ਤੁਸੀਂ ਸਾਨੂੰ ਡਾਊਨ ਟਾਊਨ ਦਾ ਚੱਕਰ ਮਰਾਇਆ, ਉਹਦੇ ਬਾਰੇ ਜਾਣਕਾਰੀ ਲੈਣੀ, ਪਹਿਲਾਂ ਆਪਣੇ ਬਾਰੇ ਕੁਝ ਦੱਸ ਦਿਓ। ਭਾਅ ਜੀ ਮਾਈ ਨੇਮ ਇਜ਼ ਅਜੀਤ ਸਿੰਘ, ਮੈਂ ਇੰਡੀਅਨ ਅਮੈਰੀਕਨ ਬਿਜ਼ਨਸ ਕੌਂਸਲ ਦਾ ਪ੍ਰੈਜ਼ੀਡੈਂਟ ਹੂੰ ਸ਼ਿਕਾਗੋ ਦਾ, ਵਿਚ ਇਜ਼ ਲਾਰਜੈਸਟ ਐਸੋਸੀਏਸ਼ਨ ਰਿਲੇਟਿਡ ਟੂ ਬਿਜ਼ਨਸ। ਬਾਈ ਮੇਰਾ ਜਿਹੜਾ ਬਿਜ਼ਨਸ ਹੈ ਕੋਮਰਸ਼ੀਅਲ ਰੀਅਲ ਇਸਟੇਟ ਦਾ ਬਿਜ਼ਨਸ ਹੈ, ਆਈ ਓਨ ਸਟ੍ਰਿਪ ਮਾਲ ਐਂਡ ਲਿਕਰ ਸਟੋਰ ਆਲਸੋ। ਸੋ 2006 ਆਈ ਗਾਟ ਮਾਈਗ੍ਰੇਟਿਡ ਟੂ ਸ਼ਿਕਾਗੋ, ਉਦੋਂ ਤਾਂ ਮੈਂ ਸ਼ਿਕਾਗੋ 'ਚ ਹੂੰ ਅਤੇ ਵੈਰੀ ਮੱਚ ਇਨਵੋਲਵ ਇਨ ਕਮਿਊਨਿਟੀ ਇਨ ਡਿਫਰੈਂਟ ਥਿੰਗਸ, ਦੈਟਸ ਵਾਟ ਪ੍ਰੀਟੀ ਮੱਚ ਅਬਾਊਟ ਮੀ। ਤੋ ਤਕਰੀਬਨ 16 ਸਾਲ ਹੋ ਗਏ ਤੁਹਾਨੂੰ ਇੱਥੇ ਸ਼ਿਕਾਗੋ ਦੇ ਵਿੱਚ। ਅੱਛਾ, ਜਿਹੜੀ ਇਹ ਜਗ੍ਹਾ 'ਤੇ ਅਸੀਂ ਪਹਿਲਾਂ ਖੜ੍ਹੇ ਨੇਵੀ ਪੀਅਰ, ਇਸ ਬਾਰੇ ਸਾਨੂੰ ਪਹਿਲਾਂ ਦੱਸੋ ਵੀ ਇਹ ਬਹੁਤ ਮਸ਼ਹੂਰ ਥਾਂ, ਇਹਦੇ ਬਾਰੇ ਸੁਣਿਆ ਸੀ, ਇਹਦੇ ਬਾਰੇ ਕੀ ਜਾਣਕਾਰੀ ਹੈ? ਨੇਵੀ ਪੀਅਰ ਭਾਅ ਜੀ ਇਹ ਹਾਲਟ 19th ਸੈਂਚੁਰੀ 'ਚ, ਨੇਵੀ ਪੀਅਰ ਵਾਜ਼ ਦਾ ਹਾਲਟ ਫੋਰ ਸਿਪ, ਇੱਥੇ ਆ ਕੇ ਖੜ੍ਹਦੇ ਸੀ ਉਹ ਜਦੋਂ ਪੁਰਾਣੇ ਟਾਈਮ 'ਚ ਟ੍ਰੇਨਸ ਆਪਣਾ ਸਾਡੇ ਕੋਲ ਸਾਧਨ ਨਹੀਂ ਹੁੰਦੇ ਸੀ, ਉਦੋਂ ਸਿਪਿੰਗ ਹੀ ਮੇਨ ਸਾਧਨ ਸੀ ਸਮਾਨ ਨੂੰ ਇੱਧਰ ਉੱਧਰ ਕਰਨ ਦਾ। ਸੋ ਦੈਟਸ ਹਾਊ ਇਟਸ, ਪੀਅਰ ਦਾ ਮਤਲਬ ਜੁੜਨਾ, ਨੇਵੀ ਦਾ ਮਤਲਬ ਸਮੁੰਦਰ ਤੋਂ ਰਿਲੇਟਿਡ ਛੇੜ, ਇਹਦਾ ਨਾਂ ਨੇਵੀ ਪੀਅਰ ਰੱਖਿਆ ਗਿਆ। ਇਹ ਥਾਂ ਦੇ ਉੱਤੇ ਕੁਛ ਨਹੀਂ ਹੁੰਦਾ ਸੀ, ਓਲਡ ਪਿਕਚਰ ਜੇ ਤੁਸੀਂ ਇਹਦੇ ਦੇਖੋਗੇ ਵਿਕੀਪੀਡੀਆ ਜਾ ਕੇ, ਸਿਰਫ ਤੁਹਾਨੂੰ ਇੱਥੇ ਸਿਪ ਹੀ ਸਿਪ ਨਜ਼ਰ ਆਉਣਗੇ। ਹਾਂ, ਤਾਂ ਹੁਣ ਮੋਡਰਨਾਈਜ਼ ਹੋ ਗਈ, ਟੈਕਨੋਲੋਜੀ ਚੇਂਜ ਹੋ ਗਈ, ਵਰਲਡ ਇਜ਼ ਚੇਂਜਿੰਗ, ਸੋ ਹੁਣ ਇਹ ਸਾਰਾ ਪੂਰਾ ਕਮਰਸ਼ੀਅਲ ਹੱਬ ਬਣ ਗਿਆ ਨੇਵੀ ਪੀਅਰ। ਅਤੇ ਸਾਨੂੰ ਥੋੜ੍ਹਾ ਹੁਣ ਇੱਥੋਂ ਦੀ ਆਪਣੀ ਇੰਡੀਅਨ ਕਮਿਊਨਿਟੀ, ਪੰਜਾਬੀ ਕਮਿਊਨਿਟੀ ਬਾਰੇ ਦੱਸੋ, ਉਹ ਗਿਣਤੀ ਦੇ ਵਿੱਚ ਕਿੰਨੇ ਕੁ ਨੇ, ਕੀ ਨੰਬਰਸ ਨੇ ਉਹਨਾਂ ਦੇ? ਭਾਅ ਜੀ ਪੰਜਾਬੀ ਕਮਿਊਨਿਟੀ ਬਹੁਤ ਵਾਈਬ੍ਰੈਂਟ ਹੈਗੀ ਸ਼ਿਕਾਗੋ 'ਚ, ਯੂ ਕੈਨ ਸੀ ਪੰਜਾਬੀ ਡਾਕਟਰਸ, ਬਿਜ਼ਨਸਮੈਨ ਐਂਡ ਬਿਗ ਬਿਜ਼ਨਸਮੈਨ, ਸਮਾਲ ਬਿਜ਼ਨਸਮੈਨ, ਟਰੱਕ ਡਰਾਈਵਰ, ਟੈਕਸੀ ਡਰਾਈਵਰ, ਲੋਕ ਰੀਅਲ ਇਸਟੇਟ 'ਚ ਹੈਗੇ, ਆਪਣਾ ਗੈਸ ਸਟੇਸ਼ਨ, ਰੀਟੇਲ, 7-Eleven, ਸੋ ਬਹੁਤ ਵਾਈਬ੍ਰੈਂਟ ਕਮਿਊਨਿਟੀ ਹੈ। ਐਂਡ ਆਈ ਥਿੰਕ ਦੇ ਆਰ ਓਵਰ 100,000 ਪੀਪਲ। ਅਤੇ ਸ਼ਿਕਾਗੋ 'ਚ 5 to 7 ਗੁਰਦੁਆਰੇ ਹੈਗੇ ਟੋਟਲ, ਸ਼ਿਕਾਗੋ ਅਤੇ ਸ਼ਿਕਾਗੋ ਸਬਰਬ ਨੂੰ ਜੇ ਆਪਾਂ ਮਿਲਾਈਏ, ਸੋ ਵੀ ਹੈਵ ਜੇ ਹੋਰ ਥੋੜ੍ਹੇ ਜਿਹੇ ਬਾਹਰ ਨੂੰ ਚਲੇ ਜਾਈਏ। ਸੋ ਐਂਡ ਸ਼ਿਕਾਗੋ ਦੇ ਨਾਲ ਜਿੰਨਾ ਵੀ ਇਲੋਨੋਇਸ ਸਟੇਟ ਹੈਗੀ, ਤੁਸੀਂ ਕਿਤੇ ਵੀ ਜਾਓ, ਸੋ ਸਿੰਸ ਆਈ ਐਮ ਇਨ ਰੀਅਲ ਇਸਟੇਟ ਸੋ ਆਈ ਨੋ, ਤੋ ਤੁਹਾਨੂੰ ਆਪਣੇ ਪੰਜਾਬੀ ਕਿਤੇ ਨਾ ਕਿਤੇ ਮਿਲ ਹੀ ਜਾਣੇ, 5-7 ਕਿਲੋਮੀਟਰ 'ਤੇ ਕਿਤੇ ਨਾ ਕਿਤੇ ਮਿਲ ਹੀ ਜਾਣਾ। ਮੇਨ ਕੀ ਕੰਮਾਂ ਕਾਰਾਂ 'ਚ ਇਨਵੋਲਵ ਨੇ ਆਪਣੇ ਲੋਕ? ਮੋਸਟਲੀ ਭਾਅ ਜੀ ਇੱਥੇ ਜਿਹੜਾ ਮਿਡਲ ਵਾਈਬ੍ਰੈਂਟ ਹੈ, ਜਿੱਦਾਂ ਮੈਂ ਤੁਹਾਨੂੰ ਦੱਸਿਆ ਪੰਜਾਬੀ ਡਾਕਟਰ ਵੀ, ਬਟ ਮੇਨਲੀ ਲੋਕ ਰੀਟੇਲ ਬਿਜ਼ਨਸ ਤੋਂ ਰਿਲੇਟਡ ਨੇ, ਗੈਸ ਸਟੇਸ਼ਨ, ਲਿਕਰ ਸਟੋਰ, 7-Eleven, ਸੋ ਰੀਟੇਲ ਬਿਜ਼ਨਸ ਜਿਹੜਾ ਹੈਗਾ ਮੇਨਲੀ ਆਪਣੇ ਲੋਕ ਰੀਟੇਲ ਨੂੰ ਹੋਲਡ ਕਰਦੇ ਇੱਥੇ। ਹਵਾਵਾਂ ਇੱਦਾਂ ਹੀ ਚੱਲਦੀਆਂ ਰਹਿੰਦੀਆਂ ਨੇ ਜਿੱਦਾਂ ਹੁਣ ਚੱਲ ਰਹੀਆਂ ਨੇ? ਨਹੀਂ ਤੁਸੀਂ ਲੱਕੀ ਹੋ, ਹੁਣ ਇੱਦਾਂ ਚੱਲਦੀ ਹਵਾ, ਜੇ ਜਨਵਰੀ 'ਚ ਆਓਗੇ ਤਾਂ ਕੁਛ ਨਹੀਂ ਮਿਲਣਾ ਤੁਹਾਨੂੰ, ਸਿਰਫ ਸਨੋ ਹੀ ਮਿਲਣੀ ਤੁਹਾਨੂੰ। ਅੱਛਾ, ਕਿੰਨੇ ਸਾਲ ਦੇ ਕਿੰਨੇ ਮਹੀਨੇ ਸਨੋ ਰਹਿੰਦੀ? 3-4 ਮਹੀਨੇ। ਓਕੇ, ਸਟਾਰਟ ਫਰੋਮ ਦਸੰਬਰ ਐਂਡ ਇਨ ਮਾਰਚ। ਓਕੇ, ਹਾਂਜੀ ਹਾਂਜੀ। ਅਸੀਂ ਬਿਲਡਿੰਗਾਂ ਬਹੁਤ ਲੰਬੀਆਂ ਲੰਬੀਆਂ ਵੇਖੀਆਂ, ਅਤੇ ਇਹਨਾਂ ਦੇ ਵਿੱਚ ਦੱਸ ਦਿਓ ਕਿ ਕੋਈ ਵੱਡੀਆਂ ਬਿਲਡਿੰਗਾਂ 'ਚ ਵੀ ਕੋਈ ਨਾ ਕੋਈ ਨਾਮ ਸ਼ਾਮਿਲ ਹੈ? ਤਾਂ ਇੱਥੇ ਭਾਅ ਜੀ ਸੀਅਰਸ ਟਾਵਰ, ਸੋ ਇਹਦਾ ਨਾਮ ਪਹਿਲਾਂ ਸੀਅਰਸ ਇੱਕ ਰੀਟੇਲ ਸਟੋਰ ਚੇਨ ਹੈਗੀ ਸੀਅਰਸ, ਅਤੇ ਉਹਨਾਂ ਦਾ ਕਾਰਪੋਰੇਟ ਹੈਡਕੁਆਟਰ ਸੀ ਇਹਦੇ ਵਿੱਚ, ਫਿਰ ਇਹ ਹੁਣ ਵਿਲਸ ਟਾਵਰ ਬਣ ਗਿਆ। ਆਈ ਬਿਲੀਵ ਸਿੰਸ 1990 ਦੈਟ ਵਾਜ਼ ਦਾ ਟੋਲੈਸਟ ਬਿਲਡਿੰਗ ਇਨ ਵਰਲਡ, ਐਂਡ ਇਹ ਲੈਂਡਮਾਰਕ ਹੈ ਸ਼ਿਕਾਗੋ ਦਾ। ਗੁੱਡ ਥਿੰਗ ਇਹ ਹੈ ਇਹਦਾ ਆਰਕੀਟੈਕਟ, ਸੀਅਰਸ ਟਾਵਰ ਦਾ ਆਰਕੀਟੈਕਟ ਵਾਜ਼ ਇੰਡੀਅਨ, ਸੋ ਹੀ ਵਾਜ਼ ਫਰੋਮ ਬੰਗਾਲ, ਹਿਜ਼ ਨੇਮ ਵਾਜ਼ ਗੋਸ, ਸੋ
ਤੁਸੀਂ ਦੇਖੋ ਇੰਨੇ ਪੁਰਾਣੇ ਟਾਈਮ ਤੋਂ ਆਪਣੇ ਬੰਦੇ ਇੱਥੇ ਆਏ ਹੋਏ ਹੈਗੇ ਐਂਡ ਦੇ ਆਰ ਸੋ ਵੈਲ ਸੈਟਲਡ ਸੋ ਮੇਨ ਆਰ ਜਦੋਂ ਤੁਸੀਂ ਸੀਅਰਸ ਟਾਵਰ 'ਚ ਜਾਓਗੇ ਤਾਂ ਉਹਦਾ ਨਾਂ ਵੀ ਲਿਖਿਆ ਹੋਇਆ ਉਹਦੇ ਉੱਤੇ ਜਦੋਂ ਤੁਸੀਂ ਜਾ ਕੇ ਦੇਖੋਗੇ ਅੱਛਾ ਬਹੁਤ ਸਾਰੇ ਹਾਈਵੇਜ਼ ਅਸੀਂ ਦੇਖਿਆ ਮੈਪ 'ਤੇ ਵੀ ਦੇਖੇ ਪੜ੍ਹਿਆ ਵੀ ਇਹਦੇ ਬਾਰੇ ਵੀ ਹਾਈਵਿਆਂ ਦਾ ਜਾਲ ਵਿਛਿਆ ਪਿਆ ਇਹ ਕਦੋਂ ਤੋਂ ਸਾਰਾ ਕੁਛ ਇਨਫਰਾਸਟ੍ਰਕਚਰ ਇੰਨਾ ਡਿਵੈਲਪ ਹੋਇਆ ਇਹ ਭਾਅ ਜੀ 1950 'ਚ ਡਿਵੈਲਪ ਹੋਇਆ ਸਾਰਾ ਇਨਫਰਾਸਟ੍ਰਕਚਰ ਹੋਇਆ ਕੀ ਸੀਗਾ 1950 'ਚ ਜਦੋਂ US ਅਤੇ ਜਪਾਨ ਦੀ ਵਾਰ ਹੋਈ ਸੀ ਲਾਸਟ 1945 to 50 ਦੇ ਵਿੱਚ ਫਿਰ US ਬਹੁਤ ਵੱਡੇ ਰਿਸੈਸ਼ਨ 'ਚ ਸੀਗਾ ਸੋ ਉਦੋਂ ਤੋਂ ਹੀ ਪ੍ਰੈਜ਼ੀਡੈਂਟ ਨੇ ਇੱਕ ਰੈਜੋਲਿਊਸ਼ਨ ਪਾਸ ਕੀਤਾ ਸੀਗਾ ਉਸ ਰੈਜੋਲਿਊਸ਼ਨ ਦੇ ਵਿੱਚ ਚੂੰਕਿ ਲੋਕ ਬੇਰੁਜ਼ਗਾਰ ਬਹੁਤ ਜ਼ਿਆਦਾ ਸੀਗੇ ਰਾਈਟ ਐਂਡ ਵਰਲਡ ਕੰਟਰੀ ਵਾਰ ਤੋਂ ਬਾਹਰ ਆਇਆ ਸੀਗਾ ਤਾਂ ਹਾਈਵੇ ਮੋਸਟਲੀ ਉਸ ਟਾਈਮ 'ਚ ਬਿਲਟ ਹੋਏਗੇ 1950 to 1960 ਮੇਨ ਹਾਈਵੇ ਜਿਹੜੇ ਹੈਗੇ ਜਿਹੜੇ ਛੋਟੇ ਲੋਕਲ ਹਾਈਵੇ ਬਾਅਦ 'ਚ ਹੈ ਲੇਕਿਨ ਉਹ ਹਾਈਵੇ ਈਅਰਸ ਕਹਾਇਆ ਜਾਂਦਾ ਉਹਨਾਂ ਨੂੰ 1940 ਤੋਂ ਕਾਰਨ ਕੋਈ ਵਿਸ਼ੇਸ਼ ਕਾਰਨ ਸੀਗਾ ਇਕੱਲੇ ਸ਼ਿਕਾਗੋ 'ਚ ਇੱਦਾਂ ਹੋਇਆ ਕਿ ਅਮਰੀਕਾ ਛੱਡਦਾ ਆਲ ਓਵਰ US 'ਚ ਕਿਉਂਕਿ ਲੋਕਾਂ ਕੋਲ ਜੋਬ ਨਹੀਂ ਸੀ ਸੋ ਦ ਗਵਰਮੈਂਟ ਸਟਾਰਟ ਇਨੀਸ਼ੀਏਟਿਵ ਟੂ ਇਨਵੋਲਵ ਦ ਪੀਪਲ ਇਨ ਦਾ ਇਨ ਕੰਸਟਰਕਸ਼ਨ ਬਿਕੋਜ਼ ਹੋਰ ਤਾਂ ਕੁਛ ਉਦੋਂ ਹੁੰਦਾ ਨਹੀਂ ਸਕੇ ਟੈਕਨੋਲੋਜੀ ਇੰਨੀ ਆਈ ਨਹੀਂ ਸੀ ਓਨਲੀ ਕੰਸਟਰਕਸ਼ਨ ਪੀਪਲ ਕੈਨ ਡੂ ਐਂਡ ਸੋ ਦੈਟ ਵਾਜ਼ ਦਾ ਰੀਜ਼ਨ 1940 to 1950 ਦੇ ਵਿੱਚ ਜਿੰਨੇ ਵੀ ਮੇਨ ਮੇਨ ਆਈ ਉਹਨਾਂ ਦਾ ਕੰਸਟਰਕਸ਼ਨ ਸਟਾਰਟ ਹੋਈ ਸੀ ਕਮਿਊਨਿਟੀ ਇੱਥੇ ਖਾਸ ਕਿਸੇ ਇਲਾਕੇ ਦੇ ਵਿੱਚ ਰਹਿੰਦੀ ਹੈ ਕੋਈ ਖਾਸ ਇਲਾਕਾ ਵੀ ਜਿੱਥੇ ਇਸ ਇਲਾਕੇ 'ਚ ਪੰਜਾਬੀ ਭਾਈਚਾਰਾ ਇਸ ਇਲਾਕੇ 'ਚ ਫਲਾਣਾ ਭਾਈਚਾਰਾ ਜਾਂ ਫਿਰ ਵੰਡ ਕੇ ਸਾਰੇ ਸ਼ਹਿਰ ਦੇ ਵਿੱਚ ਹੀ ਖਿਲ ਰਹੇ ਨਹੀਂ ਸਾਰੇ ਭਾਅ ਜੀ ਇੱਦਾਂ ਦਾ ਇੱਕ ਇੱਥੇ ਦੀਵਾਨ ਮਾਰਕੀਟ ਹੈ ਬੇਸਿਕਲੀ ਮੋਸਟਲੀ ਇੰਡੀਅਨਸ ਉੱਥੇ ਆਉਂਦੇ ਉਹਨੂੰ ਮਹਾਤਮਾ ਗਾਂਧੀ ਮਾਰਗ ਵੀ ਕਿਹਾ ਜਾਂਦਾ ਸੋ ਮੋਸਟ ਆਫ ਦਾ ਇੰਡੀਅਨਸ ਆਰ ਦੇਅਰ ਬਟ ਆਪਣੀ ਸਪੈਸ਼ਲੀ ਪੰਜਾਬੀ ਕਮਿਊਨਿਟੀ ਦੇ ਆਰ ਐਵਰੀਵੇਅਰ ਬਿਕੋਜ਼ ਦੇ ਆਰ ਇਨ ਡਿਫਰੈਂਟ ਬਿਜ਼ਨਸ ਅਕੋਰਡਿੰਗ ਟੂ ਉਹਨਾਂ ਦੇ ਬਿਜ਼ਨਸ ਉੱਥੇ ਸੈਟਲ ਹੋ ਗਏ ਪਰ ਸਾਰੇ ਸਬਰਬ 'ਚ ਤੁਹਾਨੂੰ ਪੰਜਾਬੀ ਮਿਲ ਜਾਣਗੇ ਮੋਸਟਲੀ ਬਹੁਤ ਸਾਰੇ ਬੰਦੇ ਆਪਣੀ ਡਰਾਈਵਿੰਗ ਬਿਜ਼ਨਸ ਰੀਟੇਲ ਬਿਜ਼ਨਸ ਤੁਸੀਂ ਗੈਸ ਸਟੇਸ਼ਨ 'ਤੇ ਜਾਓ ਚੌਥਾ ਪੰਜਵਾਂ ਸਟੋਰ ਆਪਣੇ ਪੰਜਾਬੀ ਦਾ ਹੀ ਹੋਣਾ ਹਾਂਜੀ ਅਤੇ ਸ਼ਿਕਾਗੋ ਬਾਰੇ ਹੋਰ ਰੋਮਾਂਚਕ ਤੱਥਾਂ ਦੇ ਵਿੱਚ ਜੇ ਕੋਈ ਹੋਰ ਜਾਣਕਾਰੀਆਂ ਨੇ ਵੀ ਆਹ ਚੀਜ਼ ਇਹਨੂੰ ਵੱਖ ਕਰਦੀ ਹੈ ਕਿਉਂਕਿ ਵੱਡਿਆਂ ਸ਼ਹਿਰਾਂ ਦੀ ਜੇ ਗੱਲ ਕਰੀਏ ਪਹਿਲੇ ਨੰਬਰ 'ਤੇ ਨਿਊਯਾਰਕ ਦੂਜੇ ਨੰਬਰ 'ਤੇ LA ਤੀਸਰੇ ਨੰਬਰ 'ਤੇ ਸ਼ਿਕਾਗੋ ਦਾ ਨਾਂ ਆਉਂਦਾ ਲਗਭਗ ਨੇੜੇ ਤੇੜੇ ਹੀ ਨੇ ਕੀ ਐਸੀਆਂ ਚੀਜ਼ਾਂ ਨੇ ਜਿਹੜੀਆਂ ਵੱਖਰੀਆਂ ਨੇ ਦੁਨੀਆ ਨਾਲੋਂ ਇੱਥੇ ਸ਼ਿਕਾਗੋ ਭਾਅ ਜੀ ਲਾਈਕ 30 to 40 ਈਅਰਸ ਹੈਗੋ ਸਭ ਤੋਂ ਵੱਡੀ ਮੀਟ ਮਾਰਕੀਟ ਹੁੰਦਾ ਸੀ ਸੋ ਨਾਓ ਥਿੰਗਸ ਆਰ ਚੇਂਜ ਆਇਰਨ ਅਤੇ ਸਟੀਲ ਆਇਰਨ ਅਤੇ ਸਟੀਲ 'ਚ ਪ੍ਰੋਡਕਸ਼ਨ ਵਾਈਜ਼ ਸ਼ਿਕਾਗੋ ਵਾਜ਼ ਨੰਬਰ 3rd ਇਨ US ਬਟ ਇੱਥੇ ਟਾਟਾ ਦਾ ਵੀ ਪਲਾਂਟ ਹੁੰਦਾ ਸੀ ਇੰਡੀਆ ਦੀ ਜਿਹੜੀ ਕੰਪਨੀ ਹੈਗੀ ਟਾਟਾ ਸਟਿਲ ਦੇ ਓਨ ਸਮ ਪਾਰਟ ਸੋ ਮੀਟ ਪਲਾਂਟਸ ਵੀ ਕਲੋਜ਼ ਹੋ ਗਏ ਜਿੱਦਾਂ ਜਿੱਦਾਂ ਸਿਸਟਮ ਚੇਂਜ ਹੋਇਆ ਦੁਨੀਆ ਦਾ ਰਿਵੋਲਿਊਸ਼ਨ ਆਏ ਪ੍ਰੋਡਕਸ਼ਨ ਘੱਟ ਵੱਧ ਹੋਇਆ ਹੈਗਾ ਤੋ ਐਟ ਵਨ ਟਾਈਮ ਸ਼ਿਕਾਗੋ 'ਚ ਵਰਕ ਫੋਰਸ ਬਹੁਤ ਹੁੰਦਾ ਸੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਸੀਗਾ ਉਹ ਪ੍ਰੋਡਕਸ਼ਨ ਹੁਣ ਵੇਅਰ ਹਾਊਸ 'ਚ ਬਦਲ ਗਿਆ ਇੱਥੇ ਬੇਸਿਕਲੀ ਪ੍ਰੋਡਕਸ਼ਨ ਉਸ ਹਿਸਾਬ ਨਾਲ ਘੱਟ ਗਿਆ ਬਟ ਸ਼ਿਕਾਗੋ ਵਾਜ਼ ਦਾ ਬਿਗੈਸਟ ਮੀਟ ਮਾਰਕੀਟ ਇਨ ਦਾ ਵਰਲਡ ਸ਼ਿਕਾਗੋ ਦੁਨੀਆ 'ਚ ਮਹਿੰਗਾਈ ਦਾ ਹੁਣ ਦੌਰ ਹੈ ਅਮਰੀਕਾ ਦੇ ਵਿੱਚ ਵੀ ਕਾਫੀ ਚੱਲ ਰਿਹਾ ਸ਼ਿਕਾਗੋ 'ਚ ਕਿੰਨੀ ਕਮਾਰ ਪਈ ਉਹਦੀ ਸ਼ਿਕਾਗੋ 'ਚ ਭਾਅ ਜੀ ਇਨਫਲੇਸ਼ਨ ਹੁਣ ਹੈ ਹੀ ਐਂਡ ਐਵਰੀ ਵਨ ਨੋਜ਼ ਇਟ ਸਪੈਸ਼ਲੀ ਇਹ ਯੂਕਰੇਨ ਵਾਰ ਤੋਂ ਵਾਰ ਸਟਾਰਟ ਹੋਈ ਉਸ ਤੋਂ ਬਾਅਦ 'ਚ ਹੁਣ ਦਾ ਪ੍ਰਾਈਸ ਗੈਸ ਪ੍ਰਾਈਸਿਸ ਆਰ ਡਬਲ ਆਲਮੋਸਟ ਡਬਲ ਮੋਰ ਦੈਨ ਡਬਲ ਐਕਚੁਅਲੀ ਸੋ ਜਦੋਂ ਗੈਸ ਪ੍ਰਾਈਸਿਸ ਵੈਨ ਗੈਸ ਪ੍ਰਾਈਸਿਸ ਆਰ ਅਪ ਐਵਰੀਥਿੰਗ ਇਜ਼ ਗੋਇੰਗ ਟੂ ਬੀ ਅਪ ਇਵੈਂਚੁਅਲੀ ਸੋ ਪੀਪਲ ਆਰ ਸਫਰਿੰਗ ਵਿਦ ਦੈਟ ਐਵਰੇਜ ਹਾਊਸ ਹੋਲਡ ਦੀ ਜਿਹੜੀ ਸਪੈਂਡਿੰਗ $700 to $1500 ਪਰ ਹਾਊਸ ਹੋਲਡ ਨੂੰ ਐਕਸਟਰਾ ਪੇ ਹੁਣ ਪੇ ਕਰ ਰਿਹਾ ਬਿਕੋਜ਼ ਆਫ ਦਿਸ ਇਨਫਲੇਸ਼ਨ ਡਿਪੈਂਡ ਅਪੋਨ ਹਾਊ ਬਿਗ ਯੂ ਆਰ ਹਾਊ ਸਮੋਲ ਯੂ ਆਰ ਬਟ ਯੂਜੁਅਲੀ ਨਾਓ $700 to $1500 ਯੂ ਹੈਵ ਟੂ ਸਪੈਂਡ ਮੋਰ ਉੱਦਾਂ ਕੁੱਲ ਮਿਲਾ ਕੇ ਰਹਿਣਾ ਸਹਿਣਾ ਕਿੰਨਾ ਕੁ ਮਹਿੰਗਾ ਆ ਮਤਲਬ ਸੁਣਿਆ ਹੈ ਵੀ ਸ਼ਿਕਾਗੋ 'ਚ ਬਹੁਤ ਮਹਿੰਗਾ ਆ ਰਹਿਣਾ ਚਾਹੇ ਉਹ ਘਰਾਂ ਦੀਆਂ ਕਿਸ਼ਤਾਂ ਦੀ ਗੱਲ ਕਰ ਲਈਏ ਚਾਹੇ ਗੱਡੀਆਂ ਦੀਆਂ ਪੇਮੈਂਟਸ ਦੀਆਂ ਇੰਸ਼ੋਰੈਂਸਿਸ ਮੈਡੀਕਲ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਉਹਨਾਂ ਦਾ ਕਿੰਨਾ ਕੁ ਖਰਚਾ ਐਵਰੇਜ ਆ ਜਾਂਦਾ ਰੀਅਲ ਸਟੇਟ ਔਫਕੋਰਸ ਟੈਕਸਿਸ ਬਹੁਤ ਹਾਈ ਹੈਗੇ ਇੱਥੇ ਸਾਡੇ ਨਾ ਕਿੰਨੇ ਪਰਸੈਂਟ ਨੇ ਜੀ 3 to 4% ਤੁਹਾਡੇ ਘਰ ਦੀ ਜਿਹੜੀ ਵੈਲਿਊ ਹੈ ਉਹਦਾ ਤੁਹਾਡਾ ਰੀਅਲ ਸਟੇਟ ਟੈਕਸ ਹੋਣਾ ਪ੍ਰੋਪਰਟੀ ਟੈਕਸ ਰੀਅਲ ਜਿਹਨੂੰ ਕਹਿ ਦਿੰਦੇ ਆਪਾਂ ਸੋ ਬੇਸਿਕਲੀ ਪ੍ਰੋਬਲਮ ਸਭ ਤੋਂ ਵੱਡੀ ਹੁਣ 2-3 ਸਾਲ 'ਚ ਇੱਕ ਰਿਸੈਸ਼ਨ ਨੇ ਬਹੁਤ ਵੱਡਾ ਬਹੁਤ ਵੱਡੀ ਮਾਰਕੀਟ ਹਿੱਟ ਕੀਤੀ ਸੋ ਵੀ ਹੈਵ ਦਾ ਇਸ਼ੂ ਵਿਦ ਦੈਟ ਪਰ ਇਹ ਬੇਸਿਕਲੀ ਗੱਲ ਇੱਦਾਂ ਹੈਗੀ ਕਿ ਸਟਿਲ ਪੀਪਲ ਆਰ ਲਿਵਿੰਗ ਜਿੰਨਾ ਕੁ ਰਿਸੈਸ਼ਨ ਵਧਾ ਲੋਕਾਂ ਦੀ ਇਨਕਮ ਵੀ ਵਧੀ ਉਸ ਹਿਸਾਬ ਨਾਲ ਤੁਹਾਡੀ ਪਰ ਆਵਰ ਵੇਜਿਸ ਵਧੀ ਹੈਗੀ ਇਲੀਨੋਇਜ਼ ਪਰ ਆਵਰ ਵੇਜ ਕਿੰਨੀ ਹੈ ਇਲੀਨੋਇਜ਼
ਹੁਣ ਜਿੱਦਾਂ ਅੱਜ ਤੋਂ 5 ਸਾਲ ਪਹਿਲੇ $7 ਸੀਗੀ, ਹੁਣ ਦਾ ਹੁਣ ਸਿਟੀ ਆਫ ਸ਼ਿਕਾਗੋ 'ਚ $15 ਮਿਨੀਮਮ ਪਰ ਆਵਰ। ਅੱਛਾ, ਸਿਟੀ ਆਫ ਸ਼ਿਕਾਗੋ ਦੀ ਸਟੇਟ ਇਲੀਨੋਏ ਨਾਲੋਂ ਵੱਖਰੀ ਹੈ? ਹਾਂ, ਸਿਟੀ ਦੀ ਸਟਰਕਚਰ ਡਿਫਰੈਂਟ ਹੈ ਨਾ, ਸਿਟੀ ਆਪਣੀ ਵੇਜਿਸ ਡਿਕਟੇਟ ਕਰ ਸਕਦਾ, ਤਾਂ ਇੱਥੇ ਮਿਨੀਮਮ $15 ਪਰ ਆਵਰ ਦਾ ਔਰ ਸਟੇਟ 'ਚ $9 ਪਰ ਆਵਰ ਹੈ। ਸੋ ਲੋਕਾਂ ਦੀ ਉਸ ਹਿਸਾਬ ਨਾਲ ਇਨਕਮ ਵੀ ਵਧੀ ਹੈਗੀ। ਤਾਂ ਸਿਟੀ ਆਫ ਸ਼ਿਕਾਗੋ 18th century 'ਚ ਅੱਗ ਇੱਥੇ ਲੱਗੀ ਸੀ, 18th century 'ਚ ਤਾਂ ਪੂਰਾ ਸਿਟੀ ਆਫ ਸ਼ਿਕਾਗੋ ਤਬਾਹ ਹੋ ਗਿਆ ਸੀ 18th century 'ਚ। ਸੋ ਇਟ ਵਾਜ਼ ਟੋਟਲ ਇਨ 18th century। ਸੋ ਜਿੰਨਾ ਤੁਸੀਂ ਇਹ ਸਾਰਾ ਕੁਝ ਦੇਖਦੇ, 1800 ਤੋਂ ਬਾਅਦ 'ਚ ਬਣੇਗਾ। ਫਿਰ ਤੁਸੀਂ ਜਦੋਂ ਤੁਸੀਂ ਡਾਊਨ ਟਾਊਨ ਗਏ ਹੋਣੇ, ਤੁਸੀਂ ਦੇਖਿਆ ਹੋਣਾ ਮੋਸਟਲੀ ਬਿਲਡਿੰਗਸ ਆਰ ਬ੍ਰਿਕ ਬਿਲਡਿੰਗਸ। ਸੋ ਦੈਟ ਵਾਜ਼ ਏ ਰੀਜ਼ਨ ਬਿਕੋਜ਼ ਅੱਗ ਦੇ ਨਾਲ ਸਾਰਾ ਸ਼ਿਕਾਗੋ। ਅਸੀਂ ਘਰ ਵੀ ਦੇਖੇ, ਘਰ ਵੀ ਬਹੁਤ ਇੱਥੇ ਇੱਟਾਂ ਦੇ ਬਣੇ ਨੇ। ਹਾਂ, ਸਿਟੀ ਆਫ ਸ਼ਿਕਾਗੋ 'ਚ ਤਾਂ ਹੀ ਤੁਹਾਨੂੰ ਕੰਸਟਰਕਸ਼ਨ ਜਿਹੜੀ ਵੁੱਡ ਦੀ ਕੰਸਟਰਕਸ਼ਨ ਨਹੀਂ ਮਿਲੇਗੀ। ਠੀਕ ਹੈ, ਤੇ ਜਿਹੜਾ ਅੱਜ ਨਵਾਂ ਵੀ ਬਣਦਾ ਹੈ ਉਹ ਵੀ ਵੁੱਡ ਨਾਲ ਨਹੀਂ ਬਣਦਾ? ਉਹ ਨਹੀਂ, ਵੁੱਡ ਨਾਲ ਨਹੀਂ ਬਣਦਾ। ਸੋ ਇਟਸ ਏ ਸੋਲਿਡ ਕੰਸਟਰਕਸ਼ਨ। ਸੋ ਦੈਟ ਵਾਜ਼ ਦਾ ਰੀਜ਼ਨ ਪੂਰਾ ਸਿਟੀ 18th century 'ਚ ਖਤਮ ਹੋ ਗਿਆ। ਉਹ ਮਹਿੰਗਾ ਨਹੀਂ ਪੈਂਦਾ ਜਿਹੜਾ ਇੱਟ ਨਾਲ ਬਣਾਉਣਾ ਜਾਂ ਵੁੱਡ ਨਾਲ ਨਹੀਂ ਬਣਾਉਣਾ? ਆਈ ਥਿੰਕ ਉਹ ਸਿਟੀ ਓਰਡੀਨੈਂਸ ਹੈ, ਜਦੋਂ ਦੀ ਇੱਥੇ ਅੱਗ ਲੱਗੀ ਸੀ। ਸੋ ਆਈ ਥਿੰਕ ਦੇ ਵੁੱਡ ਦੇ ਨਾਲ ਤੁਸੀਂ ਕੰਸਟਰਕਟ ਨਹੀਂ ਕਰ ਸਕਦੇ, ਸਪੈਸ਼ਲੀ ਡਾਊਨ ਟਾਊਨ ਏਰੀਆ। ਘਰਾਂ ਦੀਆਂ ਨੋਰਮਲ ਕਿੰਨੀਆਂ ਕੁ ਕੀਮਤਾਂ ਨੇ ਇੱਥੇ ਜਾਂ ਜਿਸ ਏਰੀਏ ਦੇ ਵਿੱਚ, ਬਿਲਕੁਲ ਸ਼ਹਿਰ 'ਚ ਜਾਂ ਸ਼ਹਿਰ ਤੋਂ ਥੋੜ੍ਹਾ ਬਾਹਰ ਬਾਹਰ ਵੀ ਹੋ ਗਿਆ? ਐਵਰੇਜ ਘਰ 3-4 ਲੱਖ ਦਾ ਐਵਰੇਜ ਘਰ ਹੈਗਾ। 3-4 ਲੱਖ, 5 ਲੱਖ ਦਾ ਰੈਗੂਲਰ, ਦੋ ਢਾਈ ਦੋ ਤਿੰਨ ਬੈਡਰੂਮ ਦਾ। ਉਸ ਤੋਂ ਤੁਸੀਂ ਦੇਖੋ ਐਵਰੇਜ ਘਰ $7-8 ਲੱਖ ਡਾਲਰ ਦਾ ਬੰਦਾ, ਜਿਹੜਾ ਮੀਡੀਅਮ ਸਟੈਂਡਰਡ ਦਾ ਬੰਦਾ ਹੈਗਾ। ਬਾਕੀ ਦੇਰ ਇਜ਼ ਨੋ ਲਿਮਿਟ ਘਰ ਦੇ, 10 ਮਿਲੀਅਨ ਦੇ ਵੀ, 20 ਮਿਲੀਅਨ ਦੇ ਵੀ। ਅੱਛਾ, ਭਾਈਚਾਰੇ ਦੇ ਲੋਕ, ਤੁਸੀਂ ਦੱਸਿਆ ਕਿ ਲੱਖ ਦੇ ਕਰੀਬ ਇੱਥੇ ਗਿਣਤੀ ਹੈਗੀ ਆ। ਭਾਈਚਾਰੇ ਦੇ ਸਕੂਲ ਵੀ ਹੈਗੇ ਨੇ, ਫਿਰ ਬੱਚਿਆਂ ਨੂੰ ਐਜੂਕੇਸ਼ਨ ਵਗੈਰਾ ਆਪਣੇ ਸਕੂਲਾਂ ਤੋਂ ਮਿਲਦੀ ਹੈ ਜਾਂ ਗੁਰਦੁਆਰੇ ਮਦਦ ਕਰਦੇ ਨੇ ਜਾਂ ਕੋਈ ਹੋਰ ਪਰਸਨਲ ਲੈਵਲ 'ਤੇ ਪ੍ਰਾਈਵੇਟ ਸਕੂਲਸ ਕਿਸੇ ਨੇ ਡਿਵੈਲਪ ਕੀਤੇ ਹੋਣ? ਬੇਸਿਕਲੀ ਜੇ ਆਪਾਂ ਪੰਜਾਬੀ ਲੈਂਗੁਏਜ ਦੀ ਗੱਲ ਕਰੀਏ, ਮੇਨ ਸੋਰਸ ਆਫ ਦੈਟ ਇਜ਼ ਗੁਰਦੁਆਰਾ ਓਨਲੀ। ਸੋ ਹੁਣ ਇੱਦਾਂ ਨਹੀਂ ਹੈਗਾ ਵੀ ਤੁਸੀਂ ਗੌਰਮੈਂਟ ਸਕੂਲ 'ਚ ਪੰਜਾਬੀ ਇੱਥੇ ਮਸਟ ਹੈ, ਅਜੇ ਤੱਕ ਤਾਂ ਇੱਦਾਂ ਨਹੀਂ ਹੈਗਾ। ਬਟ ਪ੍ਰਾਈਵੇਟ ਸਕੂਲ ਵੀ ਹੈਗੇ ਲੋਕਾਂ ਦੇ, ਜੇ ਤੁਸੀਂ ਸਪੈਸ਼ਲੀ ਨਿਆਣੇ ਨੂੰ ਪੰਜਾਬੀ ਪੜ੍ਹਾਉਣਾ ਚਾਹੁੰਦੇ ਕਈ ਪਰ, ਪਰ ਮੋਸਟ ਆਫ ਜਿਹੜੇ ਜ਼ਿਆਦਾਤਰ ਸੋਰਸ ਹੈਗੇ ਉਹ ਗੁਰਦੁਆਰਾ ਹੀ ਹੈਗਾ। ਭਾਅ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢ ਕੇ ਇਹਦੇ ਬਾਰੇ ਜਾਣਕਾਰੀ ਦਿੱਤੀ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸ਼ਿਕਾਗੋ ਆਏ। ਥੈਂਕ ਯੂ ਸੋ ਮੱਚ। ਸੋ ਸ਼ਿਕਾਗੋ ਦੇ ਡਾਊਨ ਟਾਊਨ ਤੋਂ ਅਸੀਂ ਨੇਵੀ ਪੀਅਰ ਦੇਖਦੇ ਦੇਖਦੇ ਇੱਥੋਂ ਦੀ ਸੈਰ ਤੁਹਾਨੂੰ ਨਾਲ ਕਰਾਉਂਦੇ ਕਰਾਉਂਦੇ, ਨਾਲ ਘੁਮਾਉਣ ਫਰਾਉਣ ਲਈ ਵੀ ਲੈ ਕੇ ਆਏ, ਨਾਲ ਜਾਣਕਾਰੀਆਂ ਦੇਣ ਵਾਸਤੇ ਵੀ। ਮੈਨੂੰ ਜੋਗਰਾਜ ਸਿੰਘ ਕਾਲ ਨੂੰ ਦਿਓ ਆ ਗਿਆ, ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।